गुरुक पागपं कज बन्दन पागपं कज ब सिंहरौ अङ्गद दोकलन ਅਮਰਦਾਸ ਹਿਰਦੈ ਨਿਤ ਧਿਆਵਾਂ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਭਿਗਨਨ ਕੇ ਨਾਸਕ ਭਿਗਨਨ ਕੇ ਨਾਸਕ ਹਰ ਗੋਵਿੰਦ ਸੋਭ ਮਤ ਪਰਕਾਰਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਨਮ ਨਾਇ ਬਹੋ ਏਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਹਾਲਾ ਧਰਮ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਮੰਦ ਬਰ ਬਰ ਜਗਦੀ ਸਾ ਜਿਸ ਮੈਂ ਅਮਰਤ ਗਿਆਨੋ ਹੈ ਮਾਨਕ ਭਗਵ ਰਾਗ ਗੁਰੂ ਗ੍ਰੰਥ ਸਾਹਿਬੀ ਉਦਦ ਬੰਦੋਂ ਕਰਿ ਅਨਮ੍ਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਨ ਸੰਤਨ ਕੋ ਬੰਦਨਾ ਸਰਚਰਨਨ ਪਰਤਾਰ ਏਕੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਮੇਗਨ ਵਿਨਾਸ਼ਨ ਸੋਏ ਦੁਹਰਾ ਏਕ ਓਂਕਾਰਾ ਸਤਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਏਕ ਓਂਕਾਰਾ ਸਤਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਚਲ ਕਿਰਪਾ ਦੇ ਖਜ਼ਾਨੇ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਿਤਾ ਸਤਗੁਰਾਂ ਦੀ ਸਾਜੀ ਨਿਵਾਜੀ ਗੁਰਸਵਾਰੀ ਸਾਧ ਸੰਗਤ ਜੀਓ ਸਤਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸੰਗਤਾਂ ਨੇ ਰਾਲ ਮਿਲ ਕਰਕੇ ਭਾਰੀ ਉਦਮ ਕੀਤਾ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਚਕੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਪਿੰਡਰਾ ਵਾਲੇ ਮਹਾਪੁਰਸ਼ ਤੈਨਾਂ ਦੀ ਵਰਸੀ ਨੂੰ ਸਚਕੰਡ ਗਵੰਦਾ ਦਿਹਾੜਾ ਜੋ ਉਦਮਚਾ ਉਤਸ਼ਾਹ ਦੇ ਨਾਲ ਸੰਗਤਾਂ ਨੇ ਮਨਾਇਆ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਇਸ ਪਾਵਨ ਪਵਿੱਤਰ ਦੰਦਮੀ ਟੁਕਸਾਲ ਦੇ ਅਸਥਾਨ ਤੇ ਸ਼ਾਮ ਦੇ ਵਕਤ ਜੋ ਟੁਕਸਾਲ ਦੇ ਵਿੱਚ ਸੰਗਤਾਂ ਵਿੱਚ ਸਿੱਖੀ ਦੇ ਪ੍ਰਚਾਰ ਲਈ ਵਿਦਿਆਰਥੀਆਂ ਨੂੰ ਵਿਦਿਆ ਪੜਾਉਣ ਵਾਸਤੇ ਰਤਨ ਸਮੇ ਤੋਂ ਮਰਜ਼ਾਦਾ ਚੱਲੀ ਆਉਂਦੀ ਹੈ ਕਿ ਇਤਿਹਾਸ ਦੀ ਆਰੰਭ ਤੋਂ ਕਥਾ ਸ਼ੁਰੂ ਕਰਕੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਸਭ ਤੋਂ ਵੱਡਾ ਇਤਿਹਾਸ ਦਾ ਗ੍ਰੰਥ ਹੈ ਇਸ ਦੀ ਕਥਾ ਨੂੰ ਸੰਪੂਰਨ ਕਰਨਾ ਅਤੇ ਫਿਰ ਦੁਬਾਰਾ ਮਹਾਂਪੁਰਖ ਇਸ ਕਥਾ ਨੂੰ ਸ਼ੁਰੂ ਕਰਿਆ ਕਰਦੇ ਸਨ ਆਰੰਭ ਤੋਂ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਇਸ ਦਾ ਨਾਮ ਸ੍ਰੀ ਗੁਰੂ ਨਾਨਕ ਪ੍ਰਕਾਸ਼ ਹੈ ਦਾਤਾਰ ਸਤਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਜਿਹੜੀ ਹੈ ਸੂਰਪ੍ਰਤਾਪ ਦੇ ਮੁੱਢ ਤੋਂ ਕਥਾ ਆਰੰਭ ਕਰਨ ਲਈ ਅਰਦਾਸ ਬੇਨਤੀ ਸਮੁੱਚੀ ਸੰਗਤ ਵਿੱਚ ਕੀਤੀ ਗਈ ਸੀ ਆਰੰਭਤਾ ਵਾਸਤੇ ਮੂਲ ਮੰਤਰ ਦਾ ਜਾਪ ਪੰਜ ਬਾਣੀ ਗੁਰਮੰਤਰ ਦਾ ਜਾਪ ਕਰਵਾਇਆ ਗਿਆ ਸੀ ਤੋਂ ਅੱਜ ਗੁਰੂ ਦਿਮਬਖਸ਼ ਦੇ ਨਾਲ ਸੋ ਨਾਨਕ ਪ੍ਰਖਸ਼ਤ ਅਨੁਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਥਾ ਜਿਹੜੀ ਹੈ ਅਸੀਂ ਸ਼ੁਰੂ ਕਰ ਰਹੇ ਹਾਂ ਇਸ ਲਈ ਸਾਰੀ ਸੰਗਤ ਜੋ ਮੌਜੂਦ ਹੈ ਮੂਲ ਮੰਤਰ ਪੰਜ ਵਾਰੀ ਜਾਪ ਕਰਕੇ ਗੁਰਮੰਤਰ ਦਾ ਜਾਪ ਕਰਕੇ ਜੋ ਸਾਡੀ ਪੁਰਾਣੀ ਸਮੇਟਕਸਾਲੀ ਮਰਯਾਦਾ ਹੈ ਉਹਦੇ ਅਨੁਸਾਰ ਅਕਾਲ ਪੁਰਖ ਗੁਰੂ ਦਾ ਜਸ ਕਰਨਾ ਹੈ ਹੋਣਾ ਹੈ ਇਸ ਲਈ ਉਸ ਮਾਲਕ ਜੀ ਨੂੰ ਯਾਦ ਕਰਕੇ ਕਿ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਸੁੰਦਰ ਜਸ ਜਿਹੜਾ ਹੈ ਆਪ ਕਿਰਪਾ ਕਰਕੇ ਕਰਵਾਉਣ ਤਾਂ ਪਹਿਲੇ ਆਪਾਂ ਮੂਲ ਮੰਤਰ ਦਾ ਜਾਪ ਕਰਾਂਗੇ ਸਾਰੀ ਸੰਗਤ ਕਰੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰੋ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਗ੍ਰਪਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਏਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀ ਸੰਤੋਖ ਸਿੰਘ ਜੀ ਮਹਾਨ ਉਦਮ ਕਰਕੇ ਸਤਗੁਰਾਂ ਦੀ ਬਖਸ਼ਿਸ਼ ਦਾ ਸਦਕਾ ਹੈ ਪਹਿਲੇ ਉਹਨਾਂ ਨੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਇਕੱਤਰ ਕਰਕੇ ਜਿਨ੍ਹਾਂ ਦਾ ਜਨਮ ਨੂਰ ਦੀ ਸਰਾਂ ਇਹ ਉਹ ਨਗਰ ਜਦੋਂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕਰਕੇ ਤਰਨ ਤਾਰਨ ਸਾਹਿਬ ਜੀ ਦਾ ਸਰੋਵਰ ਆਰੰਭ ਕੀਤਾ ਸੀ ਤੇ ਜੋ ਇੱਟਾਂ ਦੇ ਪੱਠੇ ਚੜਾਏ ਸਨ ਇਹ ਨੂਰ ਦੀ ਸਰਾਂ ਦਾ ਜਿਹੜਾ ਨਵਾਬ ਸੀ ਉਹ ਜ਼ਬਰਦਸਤੀ ਇੱਟਾਂ ਚੁੱਕ ਕੇ ਲੈ ਗਿਆ ਸੀ ਤੇ ਸਰਾਂ ਬਣਾਈ ਸੀ ਇੱਥੇ ਨੂਰ ਦੀ ਸਰਾਂ ਤਾਂ ਹੀ ਨਾ ਪਿਆ ਸੀ ਕਹਿੰਦਾ ਕਿ ਸਾਨੂੰ ਬਾਦਸ਼ਾਹ ਦਾ ਹੁਕਮ ਹੈ ਇੱਟਾਂ ਮਿਲਦੀਆਂ ਨਹੀਂ ਇਸ ਵਾਸਤੇ ਜ਼ਬਰਦਸਤੀ ਇੱਟਾਂ ਚੁੱਕ ਕਰਕੇ ਲਿਜਾ ਕੇ ਤੇ ਸਰਾਂ ਬਣਾਈ ਸੀ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਭਾਈ ਜਿਸ ਜਿਹੜਾ ਮੁੱਲ ਦੇ ਕੇ ਤੁਸੀਂ ਇਹ ਇੱਟਾਂ ਲਿਆਂ ਨੇ ਉਸੇ ਮੁੱਲ ਦੇ ਨਾਲ ਹੀ ਹੁਣ ਲਵਾਂਗੇ ਸਾਡਾ ਸਿੱਖ ਹੋਵੇਗਾ ਸਾਡੇ ਸਿੱਖ ਜਿਸ ਲਈ ਮਲੀ ਹੋਣਗੇ ਇਹ ਹੋਈ ਤੁਹਾਡੀਆਂ ਇੱਟਾਂ ਉਖੇੜ ਕੇ ਲਿਆਂਣ ਕਰਕੇ ਜੋ ਗੁਰੂ ਦੇ ਸਰੋਵਰ ਲਈ ਬਣੀਆਂ ਇੱਥੇ ਲਿਆਂਕੇ ਲਾਉਣਗੇ ਤਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੱਸਾ ਸਿੰਘ ਰਾਮਗੜੀਆ ਤੇ ਬੁੱਧ ਸਿੰਘ ਵਾ ਜਿਹੜੇ ਹੋਏ ਨੇ ਗੁਰੂ ਦੇ ਪਿਆਰੇ ਉਹਨਾਂ ਨੇ ਫਿਰ ਇਹ ਨੀਆਂ ਪਟ ਕੇ ਲਿਆਂਣ ਕਰਕੇ ਇਸ ਪ੍ਰਕਾਰ ਉਹ ਇੱਟਾਂ ਲਿਆ ਕਰਕੇ ਤੋਂ ਤਨਤਨ ਦੇ ਸਰੋਪਤ ਸਾਹਿਬ ਨੂੰ ਲਾ ਕੇ ਗੁਰੂ ਦਾ ਬਚਨ ਪੂਰਾ ਕੀਤਾ ਸੀ ਇਹਨਾਂ ਦਾ ਜਨਮ ਉਸ ਨਗਰ ਵਿੱਚ ਹੋਇਆ ਸੀ ਨੂਰਦੀਸਰਾਂ ਵਿੱਚ ਇਸੇ ਪਿੰਡ ਦੇ ਹੀ ਭਾਈ ਮੋਤਾ ਸਿੰਘ ਜੀ ਹੋਏ ਨੇ ਜਦੋਂ ਜ਼ਕਰੀਆ ਖਾਂ ਵਰਗਿਆਂ ਨੇ ਜ਼ੁਲਮ ਕਰਕੇ ਕਿਹਾ ਸੀ ਸਿੱਖ ਮੁਕਾ ਦਿੱਤੇ ਨੇ ਹਿੰਦੁਸਤਾਨ ਚ ਭਾਰਤ ਵਿੱਚੋਂ ਮੋਤਾ ਸਿੰਘ ਨੇ ਜਾ ਕਰਕੇ ਸੋ ਸੜਕ ਤੇ ਜਾ ਕੇ ਟੈਕਸ ਲਾਤਾ ਸੀ ਗੱਡਿਆਂ ਨੂੰ ਖੋਤਿਆਂ ਘੋੜਿਆਂ ਨੂੰ ਭਾਵੇਂ ਸਿੱਖ ਜਿਉਂਦੇ ਨੇ ਰਾਜ ਕਰਦੇ ਆ ਤੋ ਉਸ ਨਗਰ ਦੇ ਹੋਏ ਨੇ ਫਿਰ ਬਾਅਦ ਵਿੱਚ ਸੋ ਇਹਨਾਂ ਨੇ ਇਸ ਪ੍ਰਕਾਰ ਸੋ ਇਹਨਾਂ ਦੇ ਪਿਤਾ ਜੀ ਬੜੇ ਵਿਦਵਾਨ ਸਨ ਚਾਹੁੰਦੇ ਸਨ ਕਿ ਮੇਰਾ ਪੁੱਤਰ ਵੀ ਸੋਹਣਾ ਵਿਦਵਾਨ ਬਣੇ ਸਤਿਗੁਰੂ ਦੀ ਬਖਸ਼ਿਸ਼ ਨਾਲ ਬਚਪਨ ਵਿੱਚ ਹੀ ਇਹਨਾਂ ਨੂੰ ਗੁਰੂ ਦੀ ਬਰਕਤ ਸੀ ਕਿ ਇਹ ਕਵਿਤਾ ਦੀ ਰਚਨਾ ਕਰਦੇ ਸਨ ਤੋ ਇਹਨਾਂ ਨੇ ਸੋ ਅੰਮ੍ਰitsar ਸਾਹਿਬ ਸੋ ਭਾਈ ਸੰਤ ਸਿੰਘ ਜੀ ਜਿਹੜੇ ਸਾਡੇ ਟਕਸਾਲ ਦੇ ਹੋਏ ਨੇ ਉਹ ਇੱਥੇ ਵਿਦਿਆ ਪੜਾਉਂਦੇ ਸਨ ਉਹਨਾਂ ਦੇ ਪਾਸ ਇਹਨਾਂ ਨੂੰ ਪੜਾਇਆ ਪੜ੍ਹਨੇ ਪਾਇਆ ਗਿਆ ਇਹਨਾਂ ਨੇ 15 ਸਾਲ ਵਿਦਿਆ ਪੜ੍ਹੀ ਹੈ ਭਾਈ ਸੰਤਸنگ ਜੀ ਉਹਨਾਂ ਕੋਲੋਂ ਸੰਸਕ੍ਰਿਤ ਦੀ ਵਿਦਿਆ ਹੋਰ ਕਾਵ ਰਚਨਾ ਸਾਰੀਆਂ ਵਿਦਿਆ ਇਹਨਾਂ ਨੇ ਪੜ੍ਹੀਆਂ ਇਹ ਫਿਰ ਸੋ ਇਸ ਪ੍ਰਕਾਰ ਅੰਬਾਲੇ ਦੇ ਲਾਗੇ ਬੂੜੀਆ ਨਗਰ ਹੈ ਨਗਰ ਉੱਥੇ ਪਹੁੰਚ ਗਏ ਸਨ ਬੂੜੀਆ ਨਗਰ ਵਿੱਚ ਪਹੁੰਚ ਕਰਕੇ ਇੱਥੇ ਟਿਕੇ ਇਹਨਾਂ ਨੇ ਕੁਝ ਹੋਰ ਗ੍ਰੰਥ Hindu ਧਰਮ ਦੇ ਜਿਹੜੇ ਨੇ ਉਹਨਾਂ ਦਾ ਵੀ ਕਵਤਾਂ ਦੇ ਵਿੱਚ ਇਹਨਾਂ ਨੇ ਸੋ ਰਚਨਾ ਕੀਤੀ ਹੈ ਅਧਿਆਤਮ ਪੁਰਾਣ ਆਦਿਕ ਅਧਿਆਤਮ ਰਮਾਇਣ ਹੈ ਤੇ ਇਸ ਪਰ ਕ ਅਧਿਆਤਮ ਪੁਰਾਣ ਹੈ ਤਾਂ ਇਸ ਤਰੀਕੇ ਦੇ ਨਾਲ ਕੁਝ ਗ੍ਰੰਥ ਹਿੰਦੂ ਧਰਮ ਦੇ ਉਹਨਾਂ ਦੀ ਵੀ ਇਹਨਾਂ ਨੇ ਰਚਨਾ ਕੀਤੀ ਫਿਰ ਇਹਨਾਂ ਨੇ ਸੋ ਗੁਰੂ ਦੀ ਪ੍ਰੇਰਣਾ ਦਾ ਸਦਕਾ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਜਿਹੜਾ ਅੰਮ੍ਰਿਤਸਰ ਸਾਹਿਬ ਪਹੁੰਚੇ ਜਿੰਨੀਆਂ ਜਨਮ ਸਾਖੀਆਂ ਹੋਰ ਇਹਨਾਂ ਨੂੰ ਮਿਲਿਆ ਇਤਿਹਾਸ ਇਕੱਤਰ ਕੀਤਾ ਉਹ ਸ਼ੋ ਨੂੰ ਸੁੰਦਰ ਰਚਨਾ ਦੇ ਵਿੱਚ ਇਹਨਾਂ ਨੇ 2 ਸਾਲ ਦੇ ਵਿੱਚ ਪੂਰਾ ਕੀਤਾ ਫਿਰ ਇਹਨਾਂ ਨੇ ਨਾਲ ਦੇ ਨਾਲ ਕਥਾ ਸ਼ੁਰੂ ਕਰ ਦਿੱਤੀ ਗ੍ਰੰਥ ਬਹੁਤ ਲੋਕਾਂ ਨੇ ਫਿਰ ਉਤਾਰੇ ਸ਼ੁਰੂ ਕੀਤੇ ਇਉਂ ਚੰਗੇ ਚੰਗੇ ਥਾਵਾਂ ਤੇ ਇਹ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਹੈ ਗੁਰਪ੍ਰਤਾਪ ਸੋ ਇਸ ਦਾ ਇਸ ਦੀ ਕਥਾ ਸ਼ੁਰੂ ਹੋ ਗਈ ਇਸ ਦੀ ਕਥਾ ਸ਼ੁਰੂ ਹੋਣ ਦੇ ਨਾਲ ਫਿਰ ਭਾਈ ਸਾਹਿਬ ਜੀ ਦਾ ਨਾਮ ਚੰਗਾ ਜਿਹੜਾ ਸੀ ਮਸ਼ਹੂਰ ਪੰਥ ਵਿੱਚ ਹੋਇਆ ਇਹਨਾਂ ਨੇ ਫਿਰ ਕੋਸ਼ਿਸ਼ ਕੀਤੀ ਸੋ ਸਿੱਖ ਰਾਜਾ ਉਹਦੇ ਸਿੰਘ ਸੀ ਜਿਹੜੇ ਉਹਨਾਂ ਨੇ ਫਿਰ ਪਾਸ ਬੁਲਾਇਆ ਤੱਥਾ ਉਹਨਾਂ ਦੇ ਚਰਨਾਂ ਵਿੱਚ ਪਹੁੰਚੇ ਉਹਨਾਂ ਨੇ ਨਾਲ ਉਤਸ਼ਾਹ ਦਿੱਤਾ ਫਿਰ ਦਸਾਂ ਗੁਰੂਆਂ ਦਾ ਇਤਿਹਾਸ ਇਕੱਤਰ ਕਰਕੇ ਇਹਨਾਂ ਨੇ ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਸੀ ਇਹਨਾਂ ਨੇ ਤਿਆਰ ਕੀਤਾ ਤੋਂ ਅੱਜ ਅਸੀਂ ਇਸ ਪਾਵਨ ਪਵਿੱਤਰ ਗੁਰੂ ਦੇ ਇਤਿਹਾਸ ਦੇ ਗ੍ਰੰਥ ਦੀ ਕਥਾ ਜਿਹੜੀ ਆ ਇਸ ਗੁਰਦੁਆਰਾ ਗੁਰਮਤ ਪ੍ਰਕਾਸ਼ ਮੰਟੀਕਾ ਵਿਖੇ ਆਰੰਭ ਤੋਂ ਸ਼ੁਰੂ ਕਰ ਰਹੇ ਹਾਂ ਤਾਂ ਸਮੂਹ ਸੰਗਤਾਂ ਛਣ ਛਪਤਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਮਨ ਜੋੜਦੇ ਹੋ ਮੁਖ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਕਵੀ ਜੀ ਮੰਗਲਾ ਚਰਨ ਕਰਦੇ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾ ਚਰਨ ਹੈ ਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਕ ਹੈ ਜਾਤੀ ਸajati ਸਵੈਗਤ ਦੇ ਭੇਦ ਤੋਂ ਰਹਿਤ ਹੈ ਦੇਸ਼ ਕਾਲ ਵਸਤੂ ਦੇ ਪਰਛਾਦ ਤੋਂ ਰਹਿਤ ਨੂੰ ਇਕ ਕਹੀਦਾ ਹੈ ਓੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ ਸਭਨਾਂ ਨੂੰ ਪ੍ਰਕਾਸ਼ਨ ਵਾਲਾ ਜੋ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦਾ ਉਸ ਦੀ ਉਹ ਰੱਖਿਆ ਕਰਦਾ ਹੈ ਐਸਾ ਜੋ ਇੱਕ ਓੰਕਾਰ ਅਕਾਲ ਪੁਰਖ ਹੈ ਸਤ ਗੁਰ ਪ੍ਰਸਾਦ ਭਾਈ ਉਸ ਦੀ ਪ੍ਰਾਪਤੀ ਹੈ ਸਤ ਗੁਰ ਪ੍ਰਸਾਦ ਪ੍ਰਸਾਦ ਮੈਨੇ ਕਿਰਪਾ ਸਤ ਗੁਰਾਂ ਦੀ ਕਿਰਪਾ ਤੋਂ ਉਸ ਦੀ ਪ੍ਰਾਪਤੀ ਹੁੰਦੀ ਹੈ ਔਰ ਜੋ ਇੱਕ ਓੰਕਾਰ ਹੈ ਉਹ ਹੈ ਸਤ ਸੱਚ ਸਰੂਪ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਸਤ ਚੇਤਨ ਆਨੰਦ ਉਸ ਵਾਹਿਗੁਰੂ ਦਾ ਸਰੂਪ ਹੈ ਇਹ ਹੈ ਰੱਬ ਦੀ ਪਛਾਣ ਜਦੋਂ ਗੁਰ ਸਿੱਖ ਗੁਰੂ ਕਿਰਪਾ ਦੇ ਨਾਲ ਸਿਮਰਨ ਕਰਨ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਸ਼ਬਦ ਦਾ ਜਾਪ ਕਰਨ ਬਾਣੀ ਦਾ ਤਾਂ ਉਹ ਇਹ ਗੱਲ ਦਾ ਧਿਆਨ ਕਰਨ ਕਿ ਉਹ ਜਿਸ ਦਾ ਅਸੀਂ ਜਾਪ ਕਰਦੇ ਆ ਨਾ ਉਹ ਹਮੇਸ਼ਾ ਸੱਚ ਸਦਾ ਰਹਿਣ ਵਾਲਾ ਹੈ ਦੂਸਰਾ ਉਹ ਇੱਕ ਥਾਂ ਪਿਆ ਰਹਿਣ ਪੱਥਰ ਵਾਂਗ ਜੜ ਨਹੀਂ ਹੈ ਉਹ ਚੇਤਨ ਹੈ ਸਾਰੇ ਜੀਵਾਂ ਵਿੱਚ ਚੱਲਦਾ ਫਿਰਦਾ ਹਰਕਤਾਂ ਕਰਦਾ ਹੈ ਤੋ ਗੁਰਚੇਤਨ ਪ੍ਰਸਾਦ ਅਤੇ ਫਿਰ ਸਦਾ ਆਨੰਦ ਸਰੂਪ ਆਨੰਦ ਤੋਂ ਭਾਵ ਖੁਸ਼ੀ ਖੇੜਾ ਜਿੱਥੇ ਕਦੇ ਸੋਗ ਨਹੀਂ ਕਦੇ ਚਿੰਤਾ ਨਹੀਂ ਹੈ ਐਸਾ ਉਸ ਮਾਲਕ ਦਾ ਸਰੂਪ ਹੈ ਇਹ ਫਿਰ ਜਿਵੇਂ ਜਿਵੇਂ ਜੈਸੋ ਸੇਵਾ ਤੈਸੋ ਹੋਵੇ ਜਿਹੋ ਜਿਹੇ ਨੂੰ ਅਸੀਂ ਯਾਦ ਕਰਾਂਗੇ ਉਹੋ ਜਿਹੇ ਉਹ ਆਪਣੇ ਵਰਗੇ ਸਾਨੂੰ ਬਣਾਏਗਾ ਇਸੇ ਵਾਸਤੇ ਜੋ ਸਿਮਰਨ ਭਜਨ ਵਾਲੀਆਂ ਰੂਹਾਂ ਗੁਰਸਿੱਖ ਸਖੜੀਆਂ ਦੀਆਂ ਹੋਣਗੀਆਂ ਉਹਨਾਂ ਦੇ ਵਿੱਚ ਸਿਮਰਨ ਕਰਦਾ ਇਹ ਲੱਛਣ ਆ ਜਾਂਦੇ ਸੱਚ ਬੋਲਣਾ ਵਾਹਿਗੁਰੂ ਨੂੰ ਸਾਰਿਆਂ ਵਿੱਚ ਹੀ ਸਮਝਣਾ ਉਹਦੀ ਚੇਤਨ ਸੱਤਾ ਸਭ ਵਿੱਚ ਹੈ ਫਿਰ ਗੁਰੂ ਐਸੀ ਕਿਰਪਾ ਕਰਦਾ ਹੈ ਉਹਨਾਂ ਨੂੰ ਹਰਖ ਸੋਗ ਨਹੀਂ ਹੁੰਦਾ ਉਹਨਾਂ ਦੀ ਅਵਸਥਾ ਮਨ ਦੀ ਉੱਚੀ ਬੁੱਧ ਦੀ ਹੋ ਜਾਂਦੀ ਹੈ ਉਹ ਸਦਾ ਆਨੰਦ ਖੇੜੇ ਤੇ ਖੁਸ਼ੀ ਵਿੱਚ ਰਹਿੰਦੇ ਨੇ ਐਸੀ ਮਹਾਰਾ ਦੀ ਕਿਰਪਾ ਹੁੰਦੀ ਹੈ ਤਾਂ ਮੇਰੇ ਸਤਿਗੁਰੂ ਪਾਤਸ਼ਾਹੀ ਦਾ ਬਖਸ਼ਿਸ਼ ਦਾ ਸਦਕਾ ਇਹ ਮੰਗਲਾ ਚਰਨ ਕਰਕੇ ਕਮੀ ਜੀ ਗ੍ਰੰਥ ਦਾ ਨਾਮ ਲਿਖਦੇ ਹਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੋਂ ਕਮੀ ਜੀ ਕਹਿੰਦੇ ਸ਼੍ਰੋਮਣੀ ਸਾਹਿਬ ਗੁਰੂ ਨਾਨਕ ਮਹਾਰਾਜ ਦਾ ਸੂਰਜ ਵਰਗਾ ਜੋ ਪ੍ਰਕਾਸ਼ ਪ੍ਰਤਾਪ ਹੈ ਉਸ ਦਾ ਗ੍ਰੰਥ ਜਿਹੜਾ ਹੈ ਉਹ ਇਸ ਪ੍ਰਕਾਰ ਰਚਨਾ ਕਰਦੇ ਹਨ ਅਧਿਆਇ ਪਹਿਲਾ ਤੋਂ ਪਹਿਲਾ ਅਧਿਆਇ ਸ਼ੁਰੂ ਕਰਦੇ ਹਨ ਕਵੀ ਜੀ ਦੁਹਰਾ ਏਕ ਓੰਕਾਰਾ ਸਤਗੁਰੂ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਯਾਦ ਕਰਦੇ ਹਨ ਆਪਣੀ ਕਾਵ ਰਚਨਾ ਨੂੰ ਸ਼ੁਰੂ ਕਰਦੇ ਨੇ ਅਕਾਲ ਪੁਰਖ ਏਕ ਓੰਕਾਰ ਤੋਂ ਜੋ ਜਿਸ ਤਰ੍ਹਾਂ ਏਕ ਓੰਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਹੁਣ ਆਪਣੀ ਕਵਿਤਾ ਵਿੱਚ ਉਸ ਮਾਲਕ ਜੀ ਨੂੰ ਨਮਸਕਾਰ ਕਰਦੇ ਹਨ ਕਿ ਏਕ ਓੰਕਾਰਾ ਸਤਗੁਰ ਜੋ ਏਕ ਓੰਕਾਰ ਹੈ ਔਰ ਜੋ ਗੁਰੂ ਚੇਤਨ ਸਰੂਪ ਹੈ ਸਤਗੁਰੂ ਰੂਪ ਹੈ ਤੇਹੇ ਪ੍ਰਸਾਦ ਸੱਚ ਹੋਏ ਉਸ ਦੀ ਗੁਰੂ ਦੀ ਕਿਰਪਾ ਦੇ ਨਾਲ ਉਹ ਜੋ ਏਕ ਓੰਕਾਰ ਹੈ ਸੋ ਕਹਿੰਦੇ ਨੇ ਉਹਦੀ ਗੁਰੂ ਦੀ ਕਿਰਪਾ ਦੇ ਨਾਲ ਸੱਚ ਹੋਏ ਉਸ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਕੀ ਫਤਿਹ ਅਤੇ ਜਿਹੜਾ ਜੀਵ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪਦਾ ਹੈ ਤੋ ਉਹ ਕਹਿੰਦੇ ਉਸ ਜੀ ਦੀ ਸੋ ਵਾਹਿਗੁਰੂ ਸਮਰਾਤਾ ਹੈ ਇਸ ਵਾਸਤੇ ਵਾਹਿਗੁਰੂ ਜੀ ਕੀ ਫਤਿਹ ਕਬੀ ਜੀ ਗੁਰੂ ਦੇ ਸਿੰਘ ਹਨ ਇਸ ਵਾਸਤੇ ਸੋ ਫਤਿਹ ਅਰਜ ਕਰਦੇ ਹਨ ਭਾਈ ਵਾਹਿਗੁਰੂ ਪਰਮੇਸ਼ਵਰ ਦੀ ਸਦਾ ਹੀ ਫਤਿਹ ਹੈ ਵਿਗਨ ਵਿਨਾਸ਼ਨ ਸੋਇ ਮਹਾਰਾਜ ਸਤਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ ਲਿਖਣ ਲੱਗੇ ਹਾਂ ਕਿਰਪਾ ਕਰੋ ਸਤਗੁਰੂ ਅਕਾਲ ਪੁਰਖ ਜੀ ਕਿ ਵਿਗਨ ਵਿਨਾਸ਼ਨ ਸੋਇ ਜਿਹੜੇ ਵੀ ਮੇਰੇ ਕਾਰਜ ਵਿੱਚ ਆਉਣ ਵਾਲੇ ਬਿਗੜ ਹਨ ਉਹ ਸਾਰੇ ਤੁਸੀਂ ਬਿਨਾਸ਼ ਕਰੋ ਪਹਿਲਾਂ ਏਕੰਕਾਰਾ ਕਹਿ ਕਰਕੇ ਸਤਿਗੁਰੂ ਏਕ ਓੰਕਾਰ ਸਤਿਗੁਰ ਪ੍ਰਸਾਦ ਦਾ ਮੰਗਲ ਫਿਰ ਵਾਹਿਗੁਰੂ ਜੀ ਦੀ ਫਤਿਹ ਕਹਿ ਕਰਕੇ ਦਸਮ ਗ੍ਰੰਥ ਦਾ ਮੰਗਲ ਕੀਤਾ ਦੋਨੋਂ ਮੰਗਲ ਇਸ ਇੱਕ ਦੋਹਰੇ ਵਿੱਚ ਕਵੀ ਜੀ ਨੇ ਆਪਣੀ ਲਿਆਕਤ ਨੂੰ ਪ੍ਰਗਟ ਕਰਦੇ ਹੋਏ ਦੋਨਾਂ ਹੀ ਸਾਡੇ ਆਦਿ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਸਾਹਿਬ ਦੋਨਾਂ ਦਾ ਮੰਗਲਾ ਚਨ ਕਰਕੇ ਸੋ ਆਪ ਸੋ ਆਰੰਭ ਕਰਦੇ ਹਨ ਜੀ ਕਬਿੱਤ ਤਿੰਨ ਲੋਕ ਵਰਦਾਨੀ ਤੋਂ ਕਹਿੰਦੇ ਨੇ ਇਸ ਪ੍ਰਕਾਰ ਹੁਣ ਅਕਾਲ ਪੁਰਖ ਦਾ ਮੰਗਲਾ ਚਰਨ ਕਰਕੇ ਹੁਣ ਅਕਾਲ ਪੁਰਖ ਪਰਮੇਸ਼ਵਰ ਦੀ ਸ਼ਕਤੀ ਇਸ ਨੂੰ ਕਮੀ ਲੋਕਾਂ ਨੇ ਸ਼ਾਰਦਾ ਕਹਿ ਕੇ ਪੂਜਿਆ ਵਿਚਾਰਦਾ ਦਾ ਮੰਗਲ ਗੁਰੂ ਘਰ ਦੇ ਵਿੱਚ ਇਸ ਨੂੰ ਅਸੀਂ ਬਾਣੀ ਕਹਿੰਦੇ ਆਂ ਭਾਵ ਕਿ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੀ ਉਹ ਸ਼ਕਤੀ ਜੋ ਕਵੀ ਲੋਕਾਂ ਦੀ ਰਸਨਾ ਤੇ ਤੱਥਾ ਸਾਡੇ ਸਾਰਿਆਂ ਦੀ ਰਸਨਾ ਤੇ ਬਸ ਕਰਕੇ ਰਸਨਾ ਨੂੰ ਬੋਲਣ ਦੀ ਸ਼ਕਤੀ ਦੇਂਦੀ ਹੈ ਤੇ ਕਵੀ ਲੋਕਾਂ ਨੂੰ ਰਸਨਾ ਤੋਂ ਕਵਿਤਾ ਸਫੁਰਨ ਕਰਾਉਂਦੀ ਹੈ ਅਕਾਲ ਪੁਰਖ ਦੀ ਉਸ ਸ਼ਕਤੀ ਦਾ ਆਪ ਜੀ ਇਸ ਪ੍ਰਕਾਰ ਕਰਕੇ ਹੁਣ ਮੰਗਲਾ ਚਰਨ ਕਰਦੇ ਹਨ ਤੇ ਉਸ ਨੂੰ ਨਮਸਕਾਰ ਕਰਦੇ ਹਨ ਕਿ ਅਕਾਲ ਪੁਰਖ ਜੀ ਦੀ ਇਹ ਸ਼ਾਰਦਾ ਸ਼ਕਤੀ ਤੁ ਜਾਂ ਇਹਨੂੰ ਸਰਸਤੀ ਵੀ ਕਹਿੰਦੇ ਨੇ ਸ਼ਾਰਦਾ ਜਾ ਸਰਸਤੀ ਅਕਾਲ ਪੁਰਖ ਦੀ ਸ਼ਕਤੀ ਉਸ ਦਾ ਨਾਮ ਕਿ ਤੂੰ ਮੇਰੀ ਰਸਨਾ ਤੇ ਬਸੋ ਤੈਨੂੰ ਮੈਂ ਨਮਸਕਾਰ ਕਰਾਂ ਤੋ ਕਹਿੰਦੇ ਨੇ ਸੋ ਤੀਨੋ ਲੋਕ ਵਰਦਾਨੀ ਹੈ ਅਕਾਲ ਪੁਰਖ ਦੀ ਰੱਬੀ ਸ਼ਦ ਕੀ ਤਿੰਨਾ ਲੋਕਾਂ ਨੂੰ ਤੂੰ ਵਰ ਦੇਣ ਵਾਲੀ ਸ਼ਕਤੀ ਹੈ ਤੀਨੋ ਜੱਜ ਮਹਾਰਾਣੀ ਇਹ ਮਹਾਰਾਣੀ ਤਿੰਨੋ ਜਾਂ ਤਿੰਨਾ ਲੋਕਾਂ ਦੇ ਲੋਕ ਤੇਰੇ ਕੋਲੋਂ ਹੀ ਮੰਗਦੇ ਹਨ ਤਿੰਨ ਤਾਪ ਹਾਨੀ ਤਿੰਨਾ ਹੀ ਤਾਪਾਂ ਦਾ ਤੂੰ ਨਾਸ ਕਰਨ ਵਾਲੀ ਹੈ ਹੈ ਮਾਲਕ ਦੀ ਸ਼ਕਤੀ ਆਦੀ ਬਿਆਦੀ ਉਪਾਦੀ ਤਿੰਨੇ ਤਾਪਾਂ ਦਾ ਬਿਨਾਸ਼ ਕਰਨ ਵਾਲੀ ਸੁਖ ਦੇਣ ਵਾਲੀ ਹੈ ਆਦ ਤਿੰਨੋ ਗੁਣ ਮੰਡਕਾ ਆਦ ਤੋਂ ਲੈ ਕਰਕੇ ਤਿੰਨਾ ਗੁਣਾਂ ਦੇ ਸਹਿਤ ਤੋਂ ਮੰਡਕਾ ਸशोਭਤ ਹੈ ਰਜੋ ਗੁਣ ਤਮ ਗੁਣ ਸਤ ਗੁਣ ਸਤ ਗੁਣ ਦੇ ਸਹਿਤ ਦਿਨ ਕਾਲ ਮਾਨੀ ਤਿੰਨਾ ਹੀ ਸਮਿਆਂ ਦੇ ਵਿੱਚ ਮੰਨੀ ਜਾਣ ਵੇ ਪਿੱਛੇ ਵੀ ਤੈਨੂੰ ਮੰਨਦੇ ਸਨ ਸਭ ਕਵੀ ਲੋਕ ਹੁਣ ਵੀ ਤੈਨੂੰ ਪੂਜਦੇ ਨੇ ਆਉਣ ਵਾਲੇ ਸਮੇਂ ਦੇ ਵੀ ਇਹ ਗੁਣੀ ਲੋਕ ਤੇਰੀ ਪੂਜਾ ਕਰਨਗੇ ਤੀਨੋ ਸਖਤ ਪ੍ਰਧਾਨੀ ਤਵ ਤੇਰੀਆਂ ਤਿੰਨਾਂ ਹੀ ਸ਼ਕਤੀਆਂ ਜੜੀਆਂ ਨੇ ਇਹ ਪ੍ਰਧਾਨ ਨੇ ਸੰਸਾਰ ਦੇ ਵਿੱਚ ਤੀਨੋ ਕਰਤਵਾਨੀ ਤੂੰ ਤਿੰਨੇ ਹੀ ਕੰਮ ਕਰਨ ਵਾਲੀ ਹੈ ਜੀਵਾਂ ਦੀ ਉਤਪਤੀ ਕਰਨੀ ਪਾਲਣਾ ਤੇ ਲੈਤਾ ਕਰਨੀ ਹੈ ਤੀਨੋ ਗਾਨੀ ਬਰ ਬੰਡਕਾ ਤਿੰਨਾ ਲੋਕਾਂ ਨੇ ਤੈਨੂੰ ਗਾਇਆ ਹੈ ਜਸ ਕੀਤਾ ਹੈ ਕਿ ਤੂੰ ਵਰਾਂ ਦੇ ਵੰਡਣ ਵਾਲੀ ਹੈ ਦਿਨੀ ਰਾਜ ਧਾਨੀ ਬ੍ਰਿਜ ਪਾਨੀ ਤੂੰ ਏ ਐਸੀ ਸ਼ਕਤੀ ਸੋ ਤੂੰ ਦੁਰਗਾ ਦੇ ਰੂਪ ਵਿੱਚ ਹੋ ਕਰਕੇ ਦਿਨੀ ਰਾਜ ਧਾਨੀ ਬ੍ਰਿਜ ਪਾਨੀ ਕੋ ਕਿਰਪਾਨ ਪਾਨੀ ਹੇ ਕਿਰਪਾਨ ਨੂੰ ਹੱਥ ਵਿੱਚ ਫੜਨ ਵਾਲੀ ਦੁਰਗਾ ਸ਼ਕਤੀ ਜਿਹੜੀ ਗੁਰੂ ਸਾਹਿਬ ਨੇ ਚੰਡੀ ਦੀ ਬਾਣੀ ਲਿਖੀ ਹੈ ਜਿਹੜੀ ਅਸੀਂ ਅਰਦਾਸ ਕਰਦੇ ਗੁਰੂ ਚਰਨਾਂ ਦੇ ਵਿੱਚ ਤੇ ਇਹ ਜਿਹੜੀ ਤੋਂ ਕਹਿੰਦੇ ਨੇ ਐਸੀ ਸ਼ਕਤੀ ਹੈ ਤੋਂ ਕਿਰਪਾਨ ਨੂੰ ਹੱਥ 'ਚ ਪਕੜਨ ਵਾਲੀ ਹੈ ਅਤੇ ਜਦੋਂ ਦੈਨਤਾ ਨੇ ਸਵਰਗ ਦਾ ਰਾਜ ਸਭ ਲਿਆ ਤੇ ਦੇਵਤੇ ਭਜਾ ਦਿੱਤੇ ਸਨ ਮਹਾਨ ਯੁੱਧ ਕਰਕੇ ਦੈਨਤਾ ਦਾ ਨਾਸ ਕਰਕੇ ਚੰਡ ਤੇ ਮੁੰਡ ਦੈਤ ਸਨ ਸੋ ਸੁੰਭ ਤੇ ਉਹ ਸੁੰਭ ਦੈਤ ਸਨ ਜਿਹੜੇ ਇਸ ਪ੍ਰਕਾਰ ਸੋ ਉਹਨਾਂ ਦਾ ਵਿਨਾਸ਼ ਕਰਕੇ ਇਸ ਪ੍ਰਕਾਰ ਸਾਰੇ ਦੇਵਤਾਂ ਦੈਨਤਾ ਦਾ ਵਿਨਾਸ਼ ਕਰਕੇ ਦੇਵਤਿਆਂ ਨੂੰ ਰਾਜ ਦੇ ਕਰਕੇ ਸਵਰਗ ਦੇ ਵਿੱਚ ਬੱਜਰਪਾਨੀ ਨਾਮ ਜਿਹੜਾ ਹੈ ਬੱਜਰ ਦਾ ਸ਼ਸਤਰ ਇੰਦਰ ਕੋਲ ਹੈ ਕਹਿੰਦੇ ਉਸ ਨੂੰ ਇੰਦਰ ਨੂੰ ਤੂੰ ਸਵਰਗ ਦੇ ਰਾਜ ਤੇ ਬਿਠਾਉਣ ਵਾਲੀ ਹੈ ਜਾਨੀ ਮੈਂ ਭਵਾਨੀ ਸੁਖ ਖਾਨੀ ਖਲ ਖੰਡਕਾ ਸੁਖਾਂ ਦੀ ਖਾਨ ਹੈ ਤੂੰ ਖਲ ਮੂਰਖਾਂ ਨੂੰ ਖੰਡਨ ਟੁਕੜੇ ਕਰ ਦੇਣ ਵਾਲੀ ਹੈ ਦਾਇਤਾਂ ਦਾ ਬਨਾਸ਼ ਕਰਨ ਵਾਲੀ ਹੈ ਤੇ ਮੈਂ ਜਾਣਿਆ ਹੈ ਕਿ ਤੂੰ ਵਰਾਂ ਦੀ ਦਾਤੀ ਹੈ ਐਸੀ ਸ਼ਕਤੀ ਸ਼ਰਸਤੀ ਨਮੋ ਨਮ ਬਾਕ ਬਾਨੀ ਏ ਬਾਕ ਬਾਨੀ ਤੋ ਵਾਕ হে ਬਾਣੀ ਤੋਂ ਵਾਕ ਦੇਣ ਵਾਲੀ ਸੋ ਬਚਨ ਰਸਨਾ ਤੋਂ ਵਾਕ ਉਚਾਰਨ ਵਾਲੀ ਸ਼ਕਤੀ ਤੈਨੂੰ ਨਮਸ਼ਕਾਰ ਨਮਸ਼ਕਾਰ ਹੈ ਜੋਤ ਬਿਦ ਤਾਨੀ ਤੇਰੀ ਜੋਤ ਸਾਰੇ ਹੀ ਪ੍ਰਗਟ ਹੈ ਜੀ ਦਾਸ ਰਸਨਾ ਬਸਾਨੀ ਤੂੰ ਮੇਰੀ ਰਸਨਾ ਤੇ ਵਸ ਤੇ ਮੇਰੇ ਸਾਈਂ ਗੁਰੂ ਨਾਨਕ ਦੀ ਜਸ ਦੀ ਕਵਤਾ ਮੇਰੇ ਕੋਲ ਸਫੁਰਨ ਕਰਾਓ ਜੈਤ ਜੈਤ ਮਾਤ ਚੰਡਕਾ ਏ ਮਹਾਨ ਤੇਜ ਪ੍ਰਤਾਪ ਵਾਲੀ हे चंडका चंडी शक्ति परमेश्वर दी तेरी जय होवे तेरी जय होवे मेरी रसना ते बसो अते मेनू कविता सपूर्ण करा के ਧੰਨ ਗੁਰੂ ਨਾਨਕ ਸਾਹਿਬ ਦਾ ਜਸ ਲਿਖਾਓ ਤੇ ਕਰਾਓ ਜੀ ਦੋਹਰਾ ਸਰਬ ਵਿਆਪੀ ਨਿਤ ਨयो अकाल पुरख वाहे गुरु परमेश्वर जो सर्वव्यापक है जिसनु गुरु चेतन कहै सर्वव्यापी जो मालिक नित नयो ते साहिब मेरा नित नवा ਹੁਣ ਇਹ ਹੈ ਜੋ ਵੀ ਸੋ ਈਸ਼ਵਰ ਤੋਂ ਲੈ ਕਰਕੇ ਜੀਵ ਬਣਿਆ ਮਾਇਆ ਸਬਲ ਹੋਇਆ ਉਹ ਜਨਮ ਹੋਇਆ ਤੇ ਪੁਰਾਣਾ ਵੀ ਹੋਇਆ ਪਰ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰਬ ਵਿਆਪਕ ਹੈ ਜੋਤ ਸਰੂਪ ਹੈ ਕਹਿੰਦੇ ਨਿਤ ਨਵਾਂ ਸਰੂਪ ਹੈ ਉਹ ਕਦੇ ਪੁਰਾਣਾ ਨਹੀਂ ਹੁੰਦਾ ਸਤ ਚਿੱਤ ਆਨੰਦ ਰੂਪ ਜੋ ਸੱਚ ਸਦਾ ਸੱਚ ਹੈ ਚਿੱਤ ਚੇਤਨ ਹੈ ਆਨੰਦ ਸਰੂਪ ਜੋ ਸਦਾ ਹੈ ਮੋ ਉਰ ਮੈਂ ਪ੍ਰਗਟੋ ਸਦਾ ਐਸੇ ਸਤ ਚੇਤਨ ਆਨੰਦ ਅਕਾਲ ਪੁਰਖ ਪਰਮੇਸ਼ਵਰ ਜੀ ਮੇਰੇ ਹਿਰਦੇ ਵਿੱਚ ਤੁਸੀਂ ਸਦਾ ਪ੍ਰਗਟ ਹੋਵੋ ਜੀ ਜੋ ਚਰ ਅਚਰ ਅਨੂਪ ਜੋ ਹੈ ਮਾਲਕ ਚਰ ਅਚਾਰਾ ਚਰ ਜਿਹੜੇ ਅਸੀਂ ਚੇਤਨ ਸੱਤਾ ਨੂੰ ਪ੍ਰਾਪਤ ਵਿਚਰਨ ਵਾਲੇ ਆਚਾਰ ਜੋ ਪੱਥਰ ਪਹਾੜ ਦੀਆਂ ਜੂਨਾ ਨੇ ਸਾਰਿਆਂ ਦੇ ਵਿੱਚ ਉਪਮਾ ਤੋ ਰਹਿਤ ਹੋ ਕਰਕੇ ਇਹ ਮਾਲਕ ਤੇਰਾ ਵਾਸ ਹੋ ਰਿਹਾ ਹੈ ਮੇਰੇ ਹਿਰਦੇ ਚ ਸਦਾ ਵਸੋ ਤਾਂ ਕਿ ਸਾਹਿਬ ਗੁਰੂ ਨਾਨਕ ਦੇ ਰੂਪ ਵਿੱਚ ਜੋ ਤੁਸੀਂ ਨੇ ਕੌਤਕ ਕੀਤੇ ਹਨ ਮੈਂ ਉਹਨਾਂ ਦਾ ਜਸ ਉਚਾਰਨ ਕਰਾਂ ਜੀ ਸਵਈਆ ਅੰ ਪਰਮਾਤਮ ਆਤਮ ਭੂ ਉਸੇ ਅਕਾਲ ਪੁਰਖ ਪਰਮੇਸ਼ਵਰ ਦਾ ਜਸ ਕਰਦੇ ਹਨ हे परमतम परम आत्मा परमेश्वर आत्मभू जेड़ा इस प्रकार ब्रह्मा है पद्मपत पंचखतंग आरती ते पद्मपत पद्मनाम लक्ष्मी ਦਾ ਹੈ ਪਤੀ ਉਸ ਦਾ বিষ্ণੂ ਮਹਾਰਾਜ ਤੇ ਪੰਜ ਖਤੰਗ ਆਰਤੀ ਕਹਿੰਦੇ ਨੇ ਇਹ ਸ਼ਿਵ ਜੀ ਦਾ ਨਾਮ ਹੈ ਪੰਜ ਖਤੰਗ ਨਾਮ ਹੈ ਤੀਰਾਂ ਦਾ ਪੰਜ ਤੀਰ ਜਿਹੜੇ ਨੇ ਇਹ ਕਾਮ ਦੇ ਕਹਿੰਦੇ ਪੰਜ ਤੀਰ ਹਨ ਤੇ ਸ਼ਿਵ ਜੀ ਨੇ ਕਹਿੰਦੇ ਕਾਮ ਨੂੰ ਨਾਸ ਕਰਤਾ ਸੀ ਤੋ ਪੰਜ ਖਤੰਗ ਆਰਾਤੀ हे ਕਾਮ ਦਾ ਵਿਨਾਸ਼ ਕਰਨ ਵਾਲੇ ਭੈੜੀ ਬਾਸ਼ਰਮ ਨਾਸ ਕਰਨ ਵਾਲੇ हे ਸ਼ਿਵ ਜੀ ਅਕਾਲ ਪੁਰਖ ਜੀ ਤੂੰ ਸਾਰੇ ਹੀ ਤੈਨੂੰ ਇਸ ਤਰ੍ਹਾਂ ਨਮਸਕਾਰ ਕਰਦੇ ਹਨ ਇਹ ਬਿਆਉ ਵਿਨਾਕ ਬਿਆਉ ਸਖਾ ਤੋ ਕਹਿੰਦੇ ਨੇ ਇਹ ਮਾਲਕ ਸੋ ਬਾਈਉ ਵਿਨਾਇਕ ਜੋ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ ਹਿੰਦੂ ਧਰਮ ਵਿੱਚ ਬਾਈਉ ਵਿਨਾਇਕ ਜਿਹੜਾ ਗਣੇਸ਼ ਹੈ ਇਸੇ ਪ੍ਰਕਾਰ ਬਾਈਉ ਸਖਾ ਤੇ ਬਾਜੂ ਹਵਾ ਜਿਹਦੀ ਮਦਦ ਕਰਦੀ ਹੈ ਅਗਨੀ ਜੋ ਹੈ ਅਗਨੀ ਦੇਵਤਾ ਬਨ ਰਾਇ ਬ੍ਰਖ ਬ੍ਰਖ ਸੈਲਨ ਪਾਤੀ ਤੋਂ ਬਨ ਰਾਇ ਜਿਤਨੇ ਵੀ ਇਸ ਵੇ ਬਨਾਸ਼ ਪਤੀ ਹੈ ਇਸ ਪ੍ਰਕਾਰ ਤੇ ਬ੍ਰਖ ਆਬਰਖ ਜਿਤਨੇ ਆਬਰੇਸ਼ ਨੇ ਅਤੇ ਆਮ੍ਰਖ ਜਿਹੜੇ ਜੜ ਰੂਪ ਹਨ ਕੱਖ ਆਦਕ ਜੀ ਇਹ ਸਾਰੇ ਹੀ ਜਿਤਨੇ ਸੈਲਨ ਪਾਤੀ ਤੇ ਜਿਤਨੀ ਸੈਲ ਪਹਾੜਾਂ ਦੀ ਪੰਕਤੀ ਹੈ ਜਿਤਨੇ ਸ਼ੈਲ ਪਹਾੜ ਹਨ ਸ੍ਰੀ ਦਹਿ ਸੂਰ ਸਸੀ ਉਡ ਅੰਤਕ ਮਨ ਹੂੰ ਤੋ ਕਹਿੰਦੇ ਨੇ ਸ੍ਰੀ ਦਹਿ ਇਸ ਪ੍ਰਕਾਰ ਸ੍ਰੀ ਨੂੰ ਦੇਣ ਵਾਲਾ ਕੋਣਾ ਕੰਬੇਰ ਜਿਹੜਾ ਹੈ ਇਸ ਪ੍ਰਕਾਰ ਦੇਵਤਿਆਂ ਦਾ ਭੰਡਾਰੀ ਸੂਰ ਸੂਰਜ ਸਸੀ ਚੰਦਰਮਾ ਉਡ ਜਿਹੜੇ ਤਾਰੇ ਨੇ ਅੰਤਕ ਜੋ ਧਰਮ ਰਾਜ ਹੈ ਮਾਨਵ ਦਾਨਵ ਦੇਵ ਸੰਗਾਤੀ ਜਿੰਨੇ ਮਾਨਵ ਮਨੁੱਖ ਨੇ ਦਾਨਵ ਜਿੰਨੇ ਦੈਨ ਹਨ ਤੇ ਦੇਵਤੇ ਅਧਿਕ ਜਿੰਨੇ ਸੰਗੀ ਹਨ ਜੀ ਬੰਦਨਤਾ ਕਰ ਬੰਦਨ ਕੈ ਏ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਇਹ ਬੰਦਨਤਾ ਇਹ ਸਾਰੇ ਹੀ ਦੁਨੀਆ ਇਹਨਾਂ ਨੂੰ ਵੰਦਨਾ ਕਰਦੀ ਹੈ ਇਹ ਸਾਰੇ ਹੀ ਤੁਹਾਨੂੰ ਨਮਸਕਾਰ ਕਰਦੇ ਨੇ ਸਾਰੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰਾਂ ਕਰਦੇ ਹਨ ਇਹ ਜਿਤਨੇ ਗਿਣੇ ਹਨ ਸਾਰੇ ਹੀ ਮਾਲਕੀ ਤੁਹਾਨੂੰ ਨਮਸਕਾਰ ਕਰਦੇ ਹਨ ਆਨੰਦ ਕੰਧ ਮੁਕੰਧ ਜੇ ਖਿਆਤੀ ਖਿਆਤੀ ਜੋ ਪ੍ਰਗਟ ਹੀ ਤੁਸੀਂ ਆਨੰਦ ਦੇ ਦਾਤੇ ਤੇ ਮੁਕਤੀ ਦੇ ਦਾਤੇ ਹੋ ਮਹਾਰਾਜ ਅਕਾਲ ਪੁਰਖ ਜੀ ਤੁਹਾਨੂੰ ਮੇਰੀ ਨਮਸਕਾਰ ਹੈ ਮੇਰੇ ਹਿਰਦੇ ਚ ਵਸੋ ਜੀ ਦੋਹਰਾ ਸ੍ਰੀ ਨਾਨਕ ਪਰਸ਼ੋਤਮੰ ਪਰਮ ਤੋ ਗੁਰੂ ਨਾਨਕ ਸਾਹਿਬ ਦਾ ਮੰਗਲਾ ਚਰਨ ਕਰਦੇ ਹਨ ਸ੍ਰੀ ਨਾਨਕ ਪਰਸ਼ੋਤਮੰ ਸਹਿ ਮੇਰੇ ਗੁਰੂ ਨਾਨਕ ਪਾਤਸ਼ਾਹ ਜਿਤਨੇ ਹੋਏ ਪੁਰਸ਼ ਦੁਨੀਆ ਵਿੱਚ ਪੂਜਨਿਕ ਸਭ ਤੋਂ ਉੱਤਮ ਜੋ ਹਨ ਪਰਮ ਪਰਵਾਰਨਾਥ ਪਰਮ ਪ੍ਰਾਵਰਨਾਥ ਪ੍ਰਾਵਰ ਜਿਹੜੇ ਵੱਡੇ ਪੂਜਨਿਕ ਦੁਨੀਆ 'ਚ ਮੰਨੇ ਗਏ ਨੇ ਉਹਨਾਂ ਸਾਰਿਆਂ ਦੇ ਇਹ ਤੁਸੀਂ ਨਾਥ ਸਵਾਮੀ ਹੋ ਸੋਬਨਾ ਦੇ ਵੱਡੇ ਪੂਜਕਾਂ ਦੇ ਵੀ ਤੁਸੀਂ ਪੂਜਨੀਕ ਹੋ ਗੁਰੂ ਨਾਨਕ ਸਾਹਿਬ ਜੀ ਜੁਗਲ ਚਰਨ ਮਮ ਬੰਦਨਾ اے ਮਹਾਰਾਜ ਤੁਹਾਡੇ ਦੋਨਾਂ ਹੀ ਚਰਨਾ ਤੇ ਮੇਰੀ ਨਮਸਕਾਰ ਹੈ ਕਵੀ ਸੰਤੋਖ ਸਿੰਘ ਜੀ ਨਮਸਕਾਰ ਕਰਦੇ ਹਨ ਧਰ ਪਰ ਧਰ ਕਰ ਮਾਥ ਇਹ ਮਹਾਰਾਜ ਮੈਂ ਧਰਤੀ ਤੇ ਮੱਥਾ ਰੱਖ ਕਰਕੇ ਤੁਹਾਨੂੰ ਨਮਸਕਾਰ ਕਰਦਾ ਹਾਂ ਜੀ ਸਵਈਆ ਬਾਰਚਾਰ ਪਦਾਰਥ ਦਾ ਬਾਰਚਾਰ ਵਿਚਾਰ ਕੋ ਤੋ ਕਹਿੰਦੇ ਨੇ ਕਿਉਂਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੁਗਲ ਚਰਨ ਮਮ ਬੰਤਨ ਦੋਨਾਂ ਚਰਨਾਂ ਤੇ ਨਮਸਕਾਰ ਹੁਣ ਚਰਨਾਂ ਦੀ ਮਹਿਮਾ ਕਰਦੇ ਆ ਕਵੀ ਜੀ ਐਸੇ ਨੇ ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨ ਤੋ ਕਹਿੰਦੇ ਨੇ ਹੇ ਮਾਲਕ ਬਰਚਾਰ ਪਦਾਰਥ ਦਾ ਬਰਚਾਰ ਹੇ ਮੇਰੇ ਸਤਿਗੁਰੂ ਪਾਤਸ਼ਾਹ ਜੋ ਤੁਹਾਡੇ ਚਰਨ ਸ੍ਰੇਸ਼ਟ ਜੋ ਚਾਰ ਪਦਾਰਥ ਨੇ ਧਰਮ ਅਰਥ ਔਰ ਕਾਮ ਮੋਖ ਮੁਕਤ ਪਦਾਰਥ ਨਾਥ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ ਸਾਹਿਬ ਗੁਰੂ ਪਾਤਸ਼ਾਹ ਜੀ ਦਾ ਸਿਮਰਨ ਕਰਦਾ ਹੈ ਯਾਦ ਕਰਦਾ ਹੈ ਮੇਰੇ ਸਤਿਗੁਰਾਂ ਨੂੰ ਇਹ ਸ੍ਰੇਸ਼ਟ ਚਾਰੇ ਪਦਾਰਥਾਂ ਦੇ ਦਾਤੇ ਹਨ ਗੁਰੂ ਦੇ ਚਰਨ ਬਰ ਚਾਰ ਪਦਾਰਥ ਦਾ ਬਰ ਚਾਰ ਸੋ ਚਾਰ ਪਦਾਰਥਾਂ ਦੇ ਦਾਤੇ ਤੁਹਾਡੇ ਚਰਨ ਹਨ ਜੀ ਵਿਚਾਰ ਕੋ ਮੂਰ ਉਦਾਰ ਸੁਹਾਵੇ ਇਹ ਮਹਰ ਵਿਚਾਰ ਕੋ ਮੂਰ ਜੋ ਵਿਚਾਰ ਹੈ ਗਿਆਨ ਸਰੇਸ਼ਟ ਗਿਆਨ ਦੀ ਵਿਚਾਰ ਦਾ ਮੋਢ ਹਨ ਮੇਰੇ ਗੁਰੂ ਨਾਨਕ ਦੇ ਚਰਨ ਜਿਹੜੇ ਹਨ ਇਸ ਪ੍ਰਕਾਰ ਉਧਾਰ ਸੋ ਕਹਿੰਦੇ ਨੇ ਪ੍ਰਗਟ ਹੀ ਸੋ ਬਨੇਕ ਮਹਾਰ ਉਧਾਰ ਮਹਾਰ ਤੁਹਾਡੇ ਚਰਨ ਸਦਾ ਹੀ ਦਾਤੇ ਹਨ ਉਧਾਰ ਸਖੀ ਹਨ ਸਦਾ ਹੀ ਦਾਤਾ ਦੇਣ ਵਾਲੇ ਹਨ ਮੰਡਣ ਵਾਲੇ ਹਨ ਉਪਕਾਰ ਸਖਾ ਸੁਖ ਕਾਰ ਸਦਾ ਸਦਾ ਹੀ ਮਹਾਰਾਜ ਦੇ ਚਰਨ ਸਕੇ ਮਿੱਤਰਾਂ ਦੀ ਨਿਆਈ ਉਪਕਾਰ ਕਰਨ ਵਾਲੇ ਹਨ ਆਪਣੇ ਪਿਆਰਿਆਂ ਦੇ ਉੱਤੇ ਤੇ ਸੁਖਕਾਰ ਸਦਾ ਸਦਾ ਹੀ ਸੁੱਖਾਂ ਦੇ ਪੈਦਾ ਕਰਨ ਵਾਲੇ ਹਨ ਗੁਰੂ ਦੇ ਚਰਨ ਤਮ ਪਾਰ ਕਰੈ ਉਰਮੋ ਬਸ ਜਾਵੈ ਜਿਸ ਹਿਰਦੇ ਵਿੱਚ ਮੇਰੇ ਸਾਹਿਬ ਗੁਰੂ ਨਾਨਕ ਦੇ ਚਰਨ ਵਸ ਜਾਣ ਕਹਿੰਦੇ ਤਮ ਪਾਰ ਕਰੈ ਇਹ ਸੰਸਾਰ ਵਿੱਚ ਜਿਹੜਾ ਅਗਿਆਨ ਦਾ ਅੰਧਕਾਰ ਹੈ ਇਸ ਤੋਂ ਪਾਰ ਕਰਕੇ ਗਿਆਨ ਦਾ ਪ੍ਰਕਾਸ਼ ਕਰਕੇ ਮੁਕਤੀ ਦੇ ਦਾਤੇ ਹਨ ਮੇਰੇ ਗੁਰੂ ਸਾਹਿਬ ਦੇ ਚਰਨ ਜੋ ਹਨ ਅਗ ਜਲਨ ਤੇ ਜਮ ਜਲਨੀ ਜਲਨ ਤੇ ਤੋਂ ਕਹਿੰਦੇ ਨੇ ਅਗ ਜਾਲਨ ਅਗ ਮੈਨੇ ਪਾਪ ਜਾਲਨ ਸਮੂਹ ਸਮੂਹ ਜਿਤਨੇ ਵੀ ਪਾਪ ਹਨ ਉਹਨਾਂ ਸਾਰਿਆਂ ਪਾਪਾਂ ਤੋਂ ਤੇ ਜਮ ਜਾਲਨ ਜਮ ਦੇ ਜਿਤਨੇ ਜਲ ਮੌਤ ਦੀ ਫਾਈ ਯਾਦ ਕਹ ਸਮਨਾ ਤੋਂ ਕਲ ਕਲਨ ਤੇ ਤਤਕਾਲ ਛੁਟਾਵੇਂ ਇਸ ਕਲਯੁਗ ਦੇ ਸਮੇ ਤੋਂ ਸੋ ਕਲੇਸ਼ਾ ਆਦਿਕ ਤੋਂ ਦੁਖਾਂ ਬਿਗਨਾ ਤੋਂ ਸਦਾ ਹੀ ਝਟਪਟ ਛਡਾਉਣ ਵਾਲੇ ਨੇ ਜਿਹੜਾ ਵੀ ਪ੍ਰੇਮੀ ਧੰਗ ਗੁਰੂ ਨਾਨਕ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲਵੇ ਹਰ ਬਿੰਦ ਵਿਖੇ ਗੁਣ ਏ ਸਭ ਹੋ へ ਕਹਿੰਦੇ ਹਨ ਕਵੀ ਜੀ ਮੇਰਾ ਚਿਤ ਕਰਦਾ ਕਿ ਮੈਂ ਕਹਿ ਦਵਾਂ ਕਿ ਮੇਰੇ ਸਤਿਗੁਰੂ ਪਾਸ਼ਾਦ ਚਰਨ ਕਮਲਾ ਵਰਗੇ ਨੇ ਪਰ ਕਹਿੰਦੇ ਨੇ ਮੇਰੇ ਗੁਰੂ ਸਾਹਿਬ ਦੇ ਚਰਨ ਵਿਸ਼ੇਸ਼ ਨੇ ਆ ਜਿਹੜੇ ਗੁਣ ਕਹੇ ਨੇ ਜੇ ਕਿਤੇ ਕਮਲ ਵਿੱਚ ਐਸੇ ਗੁਣ ਹੋਣ ਤਾਂ ਦੱਬੇ ਉਪਮਾ ਪਾਗ ਸਿਰੀ ਗੌਰ ਪਾਵੈ ਤਾਂ ਹੀ ਸਤਿਗੁਰੂ ਦੇ ਚਰਨਾਂ ਦੀ ਮਹਿਮਾ ਦੀ ਬਰਾਬਰਤਾ ਕਰ ਸਕਦਾ ਜੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਜੋ ਚਾਰ ਪਦਾਰਥਾਂ ਦੇ ਦਾਤੇ ਨੇ ਸੁੱਖਾਂ ਦੇ ਦੇਣ ਵਾਲੇ ਜਮਾਂ ਤੋਂ ਛਡਾਉਣ ਵਾਲੇ ਇਸ ਪ੍ਰਕਾਰ ਤੇ ਇਸ ਪ੍ਰਕਾਰ ਸਾਰੇ ਪਾਪਾਂ ਨੂੰ ਵਿਨਾਸ਼ ਕਰਨ ਵਾਲੇ ਗੁਰੂ ਦੇ ਚਰਨਾਂ ਹਨ ਪਰ ਜਿਹੜਾ ਕਮਲ ਹੈ ਉਹਦੇ ਵਿੱਚ ਤਾਂ ਇਹ ਕੋਈ ਖੂਬੀ ਨਹੀਂ ਹੈ ਇਸ ਵਾਸਤੇ ਮੇਰੇ ਸਤਿਗੁਰੂ ਜੀ ਦੇ ਚਰਨਾਂ ਦੇ ਬਰਾਬਰ ਕਮਲ ਪੁੱਜ ਨਹੀਂ ਸਕਦੇ ਹਨ ਦੁਹਰਾ ਸ੍ਰੀ ਅੰਗਦ ਕੰਧਨ ਬਿਗਨ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਸੋ ਪਵਿੱਤਰ ਚਨਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਸ੍ਰੀ ਅੰਗਦ ਬੰਦਨ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਹੈ ਸੋ ਜਿਹੜਾ ਇਸ ਪ੍ਰਕਾਰ ਸੋ ਐਸੇ ਦਾਤੇ ਹਨ ਬਦਨ ਸੁਮੰਗਲ ਸਾਲ ਸੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਸੋ ਕੰਧਨ ਬਿਗਨ ਸਾਰੇ ਹੀ ਬਿਗਨਾਂ ਨੂੰ ਕੱਟਣ ਵਾਲੇ ਹਨ ਤੇ ਜਿਹੜਾ ਬਦਨ ਮੁਖ ਹੈ ਸਤਿਗੁਰੂ ਸੋ ਮੰਗਲ ਚਾਰ ਸੁੰਦਰ ਮੰਗਲ ਖੁਸ਼ੀਆਂ ਦਾ ਦਾਤਾ ਦੇਣ ਵਾਲਾ ਹੈ ਮੇਰੇ ਸਤਿਗੁਰਾਂ ਦਾ ਮੁਖ ਜਿਹੜਾ ਹੈ ਭਾਈ ਸਾਹਿਬ ਜੀ ਸਾਹਿਬ ਗੁਰੂ ਅੰਗਦ ਦੇਸ ਮਹਾਰਾਜ ਦੀ ਇਹ ਸਚਾਈ ਪ੍ਰਗਟਾ ਰਹੇ ਹਨ ਕਿਉਂਕਿ ਸਾਹਿਬ ਗੁਰੂ ਅੰਗਦ ਦੇਸ ਮਹਾਰਾਜੀ ਜਦੋਂ ਸ੍ਰੀ ਖਡੂਰ ਸਾਹਿਬ ਵਿੱਚ ਮਿਮਾਜ ਰਹੇ ਸਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਨਾਲ ਪਹਿਲਾ ਨਾਮ ਲੈਣਾ ਜੀ ਸੀ ਸੈਂਛਪੇ ਤਾਂ ਗੁਰੂ ਨਾਨਕ ਸਾਹਿਬ ਦੇ ਚਨ ਕਮਲਾਂ ਦੀ ਸੇਵਾ ਕੀਤੀ ਗੁਰੂ ਅੰਗਦ ਦੇਵ ਸਾਹਿਬ ਦਾ ਨਾਮ ਬਖਸ਼ ਕੇ ਗੁਰਿਆਈ ਗੱਦੀ ਬਖਸ਼ ਦਿੱਤੀ ਨਾਲ ਹੀ ਹੁਕਮ ਕਰ ਦਿੱਤਾ ਕਰਤਾਰਪੁਰੇ ਸਾਹਿਬ ਤੋਂ ਕਿ ਪੁਰਖਾਂ ਤੁਸੀਂ ਹੁਣ ਖਡੂਰ ਚਲੇ ਜਾਓ ਤੇ ਖਡੂਰ ਵਿੱਚ ਆ ਕੇ ਗੁਰੂ ਸਾਹਿਬ ਨੇ ਜਦੋਂ ਬਰਕਤਾਂ ਬਖਸ਼ੀਆਂ ਤੇ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਕਮਰੇ ਚ ਬੈਠ ਕਰਕੇ ਸਿਮਰਨ ਵਿੱਚ ਜੁੜ ਜਾਂਦੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਕਰਦੇ ਜਿੰਨੇ ਰੋਗੀ ਸੋਗੀ ਲੋਕ ਦੁਖੀ ਹੁੰਦੇ ਉਹ ਪੰਗਤਾਂ ਲਾ ਕੇ ਗੁਰੂ ਦੇ ਦਰਵਾਜ਼ੇ ਮੂਹਰੇ ਜਾ ਕਰਕੇ ਬੈਠੇ ਹੁੰਦੇ ਅਮਰਤ ਵੇਲੇ ਜਦੋਂ ਗੁਰੂ ਸਾਹਿਬ ਜੀ ਦਰਵਾਜ਼ਾ ਖੋਲ੍ਹਦੇ ਜਿੰਨਿਆਂ ਤੇ ਮੇਰੇ ਸਤਿਗੁਰੂ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਸਭnabla ਦੇ ਉਸੇ ਵੇਲੇ ਦੁੱਖ ਕੱਟੇ ਜਾਂਦੇ ਤੰਦਰੁਸਤ ਹੋ ਕਰਕੇ ਜਾਂਦੇ ਸਨ ਤਾਂ ਹੀ ਕਬੀ ਜੀ ਕਹਿ ਰਹੇ ਨੇ ਸ੍ਰੀ ਅੰਗਦ ਕੰਦਨ ਬਿਗਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਾਰੇ ਬਿਗਨਾਂ ਨੂੰ ਕੰਦਨ ਕਟਣ ਵਾਲੇ ਜਿਹੜੀ ਭਾਵਨਾ ਕਰਕੇ ਗੁਰੂਦੰਗ ਜਾ ਕੇ ਦਰ ਤੇ ਬੈਠੇ ਉਸੇ ਵੇਲੇ ਉਸ ਦੀ ਪੂਰੀ ਜੋ ਮਨ ਚ ਕਾਮਨਾ ਤਾਂ ਨਹੀਂ ਉਸੇ ਵੇਲੇ ਗੁਰੂ ਪੂਰੀ ਕਰ ਦਿੰਦੇ ਇਸ ਵਾਸਤੇ ਤੇ ਬਦਨ ਸਭ ਮੰਗਲ ਤੇ ਮੁਖ ਤੋਂ ਜਦੋਂ ਗੁਰੂ ਸਾਹਿਬ ਕੋਈ ਬਚਨ ਕਰਦੇ ਬਾਣੀ ਉਚਾਰਦੇ ਜੋ ਬਚਨ ਕਰ ਦਿੱਤਾ ਸਭ ਖੁਸ਼ੀਆਂ ਬਖਸ਼ਣ ਵਾਲਾ ਸੀ ਪਰਮ ਸਰਣ ਕਰ ਚਰਨ ਕੋ ਉਹ ਕਹਿੰਦੇ ਨੇ ਪਰਮ ਸਰਣ ਹਰ ਚਰਨ ਕੋ ਤੋਂ ਕਹਿੰਦੇ ਨੇ ਤੇ ਮੈਂ ਐਸੇ ਸਤਗੁਰੂ ਅੰਗਦ ਦੇਵ ਸਦੇ ਚਰਨਾਂ ਦੀ ਸ਼ਰਨ ਵਿੱਚ ਪੈਂਦਾ ਹਾਂ ਐਸੇ ਗੁਰੂ ਦੇ ਚਰਨਾਂ ਦੀ ਸ਼ਰਨ ਪੈ ਕੇ ਨਮਸਕਾਰ ਕਰਦਾ ਹਾਂ ਨਮਸਕਾਰ ਧਰ ਭਾਲ ਐਸੇ ਗੁਰੂ ਦੇ ਚਰਨਾਂ ਦਾ ਆਸਰਾ ਤੱਕ ਕੇ ਗੁਰੂ ਦੇ ਚਰਨਾਂ ਗੁਰੂ ਅੰਗਦ ਦੇਵ ਸਬ ਦੇ ਚਰਨਾਂ ਤੇ ਮੱਥਾ ਰੱਖ ਕੇ ਭਾਲ ਮੈਨੇ ਮੱਥਾ ਮੱਥਾ ਰੱਖ ਕਰਕੇ ਮੈਂ ਨਮਸਕਾਰ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਜਸ ਕਰਨ ਲੱਗਾ ਹਾਂ ਨਿਰਵਿਘਨਤਾ ਸਹਿਦ ਆਪਣਾ ਜਸ ਕਰਾਓ ਜੀ ਸਵਈਆ ਵਾਸ ਪਰਾਗ ਸੀ ਸੋ ਹਤ ਸੁੰਦਰ ਤਨ ਸਾਬ ਮੇਰੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਆ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਦੀ ਬਹਿਮਾ ਕਰਦੇ ਆਂ ਕਹਿੰਦੇ ਜਿਹੜਾ ਕਮਲ ਹੈ ਕਮਲ ਦਾ ਫੁੱਲ ਜਿਹੜਾ ਹੈ ਸਰੋਵਰ ਦੇ ਵਿੱਚ ਪੈਦਾ ਹੁੰਦਾ ਹੈ ਉਹਦੇ ਉੱਤੇ ਇੱਕ ਪਰਾਗ ਕੇਸਰ ਹੁੰਦਾ ਜਿਹੜਾ ਧੂੜਾ ਜਿਹਾ ਹੁੰਦਾ ਉਹਦੇ ਵਿੱਚ ਖਸ਼ਮੂ ਹੁੰਦੀ ਆ ਤੇ ਭੌਰੇ ਗੂੰਜਦੇ ਉਹਤੇ ਬੈਠ ਕਰਕੇ ਰਸ ਮਾਣਦੇ ਮਿੱਠਾ ਤੋਂ ਕਹਿੰਦੇ ਨੇ ਮੇਰੇ ਸਤਿਗੁਰੂ ਜੀ ਦੇ ਚਰਨਾਂ ਤੇ ਸੋ ਪਾਸ ਪ੍ਰਾਗ ਸੀ ਸੋਹਤ ਸੁੰਦਰ ਸਹਬ ਗੁਰੂ ਅੰਗਦ ਦੇ ਸਬਦ ਲਾਲ ਲਾਲ ਸੁੰਦਰ ਕੋਮਲ ਚਰਨਾ ਤੇ ਪਾਸ ਧੂੜਾ ਪਈ ਹੋਈ ਧੂੜੀ ਜਿਹੜੀ ਆ ਸੁਭਦੀ ਹੈ ਗੰਧ ਸੀ ਕੀਰਤ ਮਦ ਬਸਾਨਾ ਕਮਲ ਦੇ ਫੁੱਲ ਵਿੱਚ ਕਹਿੰਦੇ ਸੁਗੰਧੀ ਹੁੰਦੀ ਹੈ ਮੇਰੇ ਸਹਬ ਗੁਰੂ ਅੰਗਦ ਦੇ ਸਬਦ ਦੇ ਚਰਨਾ ਦੇ ਵਿੱਚ ਕੀਰਤੀ ਜਸ ਹੈ ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀ ਸੋਭਾ ਜਸ ਹੁੰਦਾ ਹੈ ਕੋਮਲਤਾ ਕੋਮਲਤਾ ਇੱਕ ਸੀ ਇਹ ਗੱਲ ਠੀਕ ਹੈ ਸਤਿਗੁਰੂ ਅੰਗਦ ਦੇ ਸਦੇ ਚਰਨ ਵੀ ਲਾਲ ਤੇ ਕੋਮਲ ਕੋਮਲ ਨੇ ਔਰ ਜੋ ਕਮਲਾ ਹੈ ਉਸ ਦਾ ਰੂਪ ਵੀ ਲਾਲ ਸੁੰਦਰ ਤੇ ਕੋਮਲ ਸੁੰਦਰ ਹੈ ਨਿਰਲੇਪਤਾ ਸੀ ਨਿਰਲੇਪ ਸਮਾਨਾ ਤੇ ਜਿਵੇਂ ਕਮਲ ਦਾ ਫੁੱਲ ਜਿਹੜਾ ਉਹਦੇ ਵਿੱਚ ਨਿਰਲੇਪਤਾ ਹੈ ਪਾਣੀ ਦੇ ਵਿੱਚੋਂ ਪੈਦਾ ਹੁੰਦਾ ਹੈ ਪਾਣੀ ਉਸਦਾ ਜੀਵਨ ਹੈ ਪਰ ਪਾਣੀ ਵਿੱਚ ਗਿੱਲਾ ਨਹੀਂ ਹੁੰਦਾ ਇਸੇ ਤਰ੍ਹਾਂ ਸਹਿਬ ਸਤਿਗੁਰੂ ਅੰਗਦ ਦੇਵ ਸਾਹਿਬ ਦੇ ਚਰਨ ਜਿਹੜੇ ਨੇ ਸੋ ਮੇਰੇ ਸਾਧੂ ਲਾਲ ਲਾਲ ਸੁੰਦਰ ਨੇ ਸੰਸਾਰ ਦੇ ਪਦਾਰਥਾਂ ਦਾ ਜਲ ਹੈ ਪਰ ਉਹਨਾਂ ਤੋਂ ਮੇਰੇ ਸਾਧੂ ਦੇ ਚੰਦਰ ਲੇਪ ਹਨ ਜੋ ਭਾਵਪੂਰ ਭਰਾ ਸਰਸੀ ਤੋਂ ਜਿਹੜਾ ਇਸ ਪ੍ਰਕਾਰ ਸਰੋਵਰ ਜਿਹੜਾ ਸੋ ਇਸ ਪ੍ਰਕਾਰ ਭਰਿਆ ਹੋਇਆ ਜਲ ਦੇ ਨਾਲ ਉਹਦੇ ਵਿੱਚ ਕਮਲ ਪੈਦਾ ਹੁੰਦਾ ਹੈ ਤਿਸ ਤੇ ਨਿਤ ਉਰਦ ਸੋ ਵਿਗਸਨ ਤਾਂ ਕਹਿੰਦੇ ਨੇ ਉਸ ਪਾਣੀ ਤੋਂ ਉੱਚਾ ਹੋ ਕਰਕੇ ਕਮਲ ਖਿੰਡਦਾ ਹੈ ਇਸੇ ਤਰ੍ਹਾਂ ਹੀ ਜੋ ਭਵ ਭੂਰ ਭਰਾ ਜਿਹੜਾ ਇਹ ਸੰਸਾਰ ਹੈ ਪਦਾਰਥਾਂ ਦੇ ਜਲ ਨਾਲ ਭਰਿਆ ਹੋਇਆ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਇਸ ਸੰਸਾਰ ਦੇ ਪਦਾਰਥ ਉੱਚੇ ਤੇ ਨਿਰਲੇਪ ਹੋ ਕਰਕੇ ਭਗਤੀ ਦੀ ਖੁਸ਼ਬੂ ਤੇ ਜਸ ਵੰਡ ਰਹੇ ਹਨ ਹੈ ਅਰਬਿੰਦ ਸੇ ਅੰਗਦ ਕੇ ਪਗ ਭਾਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਸੋ ਕਮਲਾਂ ਵਰਗੇ ਜੋ ਚਰਨ ਹਨ ਮੋਖਦ ਏਕ ਵਿਸ਼ੇਖਤਾ ਜਨ ਪਰ ਕਮਲ ਦੇ ਨਾਲੋਂ ਗੁਰੂ ਪਾਤਸ਼ਾਹੀ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ਤਾ ਹੀ ਵੱਧ ਇਹ ਹੈ ਕਿ ਮੇਰੇ ਸਤਿਗੁਰੂ ਦੇ ਚਰਨ ਮੁਕਤੀ ਦੇ ਦਾਤੇ ਹਨ ਕਮਲ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ ਇਸ ਵਾਸਤੇ ਮੇਰੇ ਸਹਿਬ ਗੁਰੂ ਅੰਗਦ ਦੇਵ ਸਾਹਿਬ ਐਸੇ ਚਰਨ ਵਿਸ਼ੇਸ਼ ਹਨ ਜੀ ਦੋਹਰਾ ਸ੍ਰੀ ਸਤ ਗੁਰੂ ਵਰ ਅਮਰਜੀ ਤਨ ਸਹਿਬ ਸਤਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਹੁਣ ਜਸ ਕਰਦੇ ਹਨ ਦਸਾਂ ਗੁਰੂਆਂ ਦਾ ਮੰਗਲਾ ਚਰਨ ਕਰਨ ਲਗੇ ਤੋ ਕਹਿੰਦੇ ਹਨ ਤਨ ਸਹਿਬ ਸਤਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੋ ਹਨ ਜੀ ਸਰਨ ਨਰਨ ਦੁਖ ਹਰਨ ਜਿਹੜੇ ਵੀ ਨਰ ਮਨੁਖ ਸਾਹਿਬ ਗੁਰੂ ਤੀਜੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਂਦੇ ਸਭਨਾਂ ਦੇ ਦੁੱਖ ਮਾਰ ਹਰਨ ਦੂਰ ਕਰਦੇ ਹਨ ਕਾਰਨ ਕਰਨ ਸੁਜਾਨ ਮਨ ਮੇਰੇ ਸਤਿਗੁਰੂ ਪਾਤਸ਼ਾਹੀ ਸਾਰੇ ਹੀ ਕਾਰਨਾਂ ਦੇ ਕਰਨ ਵਾਲੇ ਤੇ ਸੁਜਾਨ ਸਿਆਣੇ ਅੰਤਰਜਾਮੀ ਹਰ ਸਤਿਗੁਰੂ ਜੀ ਨਮਸਕਾਰ ਤਿੰਨ ਚਰਨ ਐਸੇ ਧੰਗ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ ਕਬਿਤ ਰਜਨੀ ਅਵਿਦਿਆ ਸਰ ਭਰਮਸੋ ਤਿਮਰ ਹਰ ਤੋਂ ਕਵੀ ਜੀ ਇੱਥੇ ਵੀ ਸਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸੋ ਚਰਨਾਂ ਨੂੰ ਸੋ ਕਹਿੰਦੇ ਨੇ ਇਸ ਪ੍ਰਕਾਰ ਹੁਣ ਸੂਰਜ ਦੇ ਨਾਲ ਮਹਿਮਾ ਦੇਣ ਲੱਗੇ ਨੇ ਕਹਿੰਦੇ ਨੇ ਭਾਈ ਰਜਨੀ ਅਵਿਦਿਆ ਸਰ ਭਰਮਸੋ ਤਿਮਰ ਹਰ ਜਦੋਂ ਸੂਰਜ ਚੜ੍ਹਦਾ ਹੈ ਸੂਰਜ ਚੜ੍ਹਨ ਦੇ ਨਾਲ ਰਾਤ ਦਾ ਹਨੇਰਾ ਜਿਹੜਾ ਦੂਰ ਹੋ ਜਾਂਦਾ ਹੈ ਦਿਨ ਚੜ੍ਹ ਜਾਂਦਾ ਹੈ ਮੇਰੇ ਸਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਚਰਨ ਨੇ ਤੀਜੇ ਪਾਤਸ਼ਾਹ ਮਹਾਰਾਜ ਦੇ ਸੂਰਜ ਵਰਗੇ ਹਨ ਉਹ ਕਹਿੰਦੇ ਨੇ ਰਜਨੀ ਅਵਿਦਿਆ ਜੋ ਸ਼ਰਧਾਲੂ ਜਗਿਆਸੂਆਂ ਸਿੱਖਾਂ ਦੇ ਮਨਾਂ ਵਿੱਚ ਅਵਿਦਿਆ ਦੀ ਰਾਤ ਹਨੇਰਾ ਜਣਾ ਹੈ ਮੇਰੇ ਸਤਿਗੁਰੂ ਕਦਰ ਸਮੂਹ ਨੂੰ ਦੂਰ ਕਰ ਦਿੰਦੇ ਹਨ ਕੋਕ ਸੇ ਕਿੰਕਰ ਬਰ ਕੀਨੇ ਬ੍ਰਿਹੋਸ਼ੀਨ ਹੈ ਤੇ ਜਦੋਂ ਸੂਰਜ ਚੜ੍ਹਦਾ ਤੇ ਜਿਹੜੇ ਕੋਕ ਨੇ ਇਸ ਪ੍ਰਕਾਰ ਸੋ ਉਹ ਜਿਹੜੇ ਨੇ ਇਸ ਪ੍ਰਕਾਰ ਉਹ ਰਾਤ ਨੂੰ ਵੱਖਰੇ ਵੱਖਰੇ ਦੋਨੋਂ ਹੋ ਜਾਂਦੇ ਹਨ ਅਤੇ ਜਦੋਂ ਸੂਰਜ ਚੜ੍ਹਦਾ ਉਹ ਇਕੱਠੇ ਹੁੰਦੇ ਹਨ ਇਸ ਪ੍ਰਕਾਰ ਦੱਸਦੇ ਨੇ ਕਿ ਜਦੋਂ ਭਗਵਾਨ ਰਾਮਚੰਦਰ ਜੀ ਦੀ ਸੀਤਾ ਵਿਛੜ ਗਈ ਸੀ ਇਸ ਪ੍ਰਕਾਰ 라वण ਚੁੱਕ ਕੇ ਲੈ ਗਿਆ ਸੀ ਉਸ ਵੇਲੇ ਸੀਤਾ ਦੇ ਵਿਛੋੜੇ ਵਿੱਚ ਜਦੋਂ ਭਗਵਾਨ ਰਾਮ ਜੀ ਸੋ ਵਿਚਰ ਰਹੇ ਸਨ ਜੰਗਲਾਂ ਵਿੱਚ ਇਹ ਚਕਮੀ ਤੇ ਚਕਵਾ ਇਕੱਠੇ ਸੋ ਬੈਠੇ ਸਨ ਤਾਂ ਇਹ ਰਾਮ ਜੀ ਨੇ ਕਹਿੰਦੇ श्राप ਦਿੱਤਾ ਕਹਿੰਦੇ ਮੇਰੀ ਸੀਤਾ ਵਿਛੜ ਗਈ ਤੇ ਤੁਸੀਂ ਕਹਿੰਦੇ ਖੁਸ਼ੀ ਮਨਾ ਰਹੇ ਹੋ ਇਕੱਠੇ ਜਾਓ ਕਹਿੰਦੇ ਤੁਸੀਂ ਰਾਤ ਨੂੰ ਇਕੱਠੇ ਨਾ ਹੋਵੋਗੇ ਇਹ ਰਾਤ ਦੇ ਸਮੇਂ ਨਦੀ ਦੇ ਕਿਨਾਰੇ ਤੇ ਰਹਿਣ ਵਾਲੇ ਹਨ ਪੰਛੀ ਇਹ ਤਾਂ ਇੱਕ ਉਸ ਪਾਸੇ ਸ਼ਾਮ ਨੂੰ ਬਹਿ ਜਾਂਦਾ ਇੱਕ ਉਸ ਪਾਸੇ ਉਹ ਉਧਰ ਬੋਲਦਾ ਹੈ ਉਧਰ ਬੋਲਦਾ ਦੋਨੋਂ ਇਕੱਠੇ ਉਡਾਰੀ ਮਾਰਦੇ ਨੇ ਤੇ ਆਪਣੇ ਜਲ ਦੇ ਵਿੱਚ ਆਪਣਾ ਪਰਛਾਵਾਂ ਦੇਖਦੇ ਨੇ ਨਦੀ ਦੇ ਪਾਣੀ ਵਿੱਚ ਸਮਝਦੇ ਮੇਰਾ ਸਾਥੀ ਨਾਲ ਹੈ ਉਹ ਦੂਜੇ ਕਿਨਾਰੇ ਚੱਲ ਜਾਂ ਦੂਜੀ ਸਾਰੀ ਰਾਤ ਇਦਾਂ ਲੰਘ ਜਾਂਦੀ ਹੈ ਜਦੋਂ ਸੂਰ ਚੜਦਾ ਤੇ ਇਕੱਠੇ ਹੁੰਦੇ ਨੇ ਤਾਂ ਕਹਿੰਦੇ ਇਸ ਤਰ੍ਹਾਂ ਮੇਰੇ ਸ਼ੈਨਸ਼ਾ ਪਿਤਾ ਸਤਿਗੁਰੂ ਅਮਰਦਾਸ ਮਹਾਰਾਜ ਦੇ ਚਰਨ ਜੜੇ ਨੇ ਪਰਮੇਸ਼ਵਰ ਤੋਂ ਵਿਛੜੀਆਂ ਹੋਈਆਂ ਜਿਹੜੀਆਂ ਰੂਹਾਂ ਹਨ ਉਹਨਾਂ ਨੂੰ ਮੇਰੇ ਸਤਿਗੁਰੂ ਪਾਥੀਆ ਵਿਛੋੜਾ ਮੇਟ ਕੇ ਮਿਲਾਉਣ ਵਾਲੇ ਹਨ ਵਾਹਿਗੁਰੂ ਦੇ ਨਾਲ ਮਾਲ ਉੱਡ ਕਲ ਮਾਲ ਕੰਦਲ ਦੁਰਾਏ ਦਲ ਤੋਂ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਸੋ ਇਸ ਪ੍ਰਕਾਰ ਜਿਹੜਾ ਦਲ ਇਸ ਪ੍ਰਕਾਰ ਜਿੱਦਾ ਤਾਰੇ ਨੇ ਉੱਡ ਮਾਲ ਮਨੈ ਮਾਲ ਉਡ ਜਿਹੜੀ ਤਾਰਿਆਂ ਦੀ ਮਾਲਾ ਪੰਕਤੀ ਬਣੀ ਰਾਤ ਦੇ ਸਮੇਂ ਤਾਰੇ ਚਮਕਦੇ ਨੇ ਪਰ ਜਦੋਂ ਸੂਰਜ ਚੜ੍ਹਦਾ ਸਾਰੇ ਹੀ ਤਾਰੇ ਜਿਹੜੇ ਨੇ ਤਿਰੁਵਧਾਨ ਹੋ ਜਾਂਦੇ ਨੇ ਭਾਵੇਂ ਆਕਾਸ਼ ਮੰਡਲ ਵਿੱਚ ਹੁੰਦੇ ਨੇ ਸੂਰਜ ਦੇ ਪ੍ਰਕਾਸ਼ ਵਿੱਚ ਉਹ ਦਿਖਦੇ ਨਹੀਂ ਹਨ ਅਲੋਪ ਹੋ ਜਾਂਦੇ ਨੇ ਕਹਿੰਦੇ ਨੇ ਜੇ ਇਸ ਤਰ੍ਹਾਂ ਮਾੜ ਉਡ ਸੋ ਕਹਿੰਦੇ ਨੇ ਇਸ ਪ੍ਰਕਾਰ ਉਡ ਜਿਹੜੀ ਹੈ ਤਾਰਿਆਂ ਦੀ ਪੰਕਤੀ ਹੈ ਕੰਦਲ ਸਮੂਹ ਜਿਹੜੀ ਹੈ ਦੁਰਾਇ ਦਲ ਸਾਰਾ ਦਲ ਇਹਨਾਂ ਦਾ ਜਿਹੜਾ ਨਾ ਅਲੋਪ ਹੋ ਜਾਂਦਾ ਸੂਰਜ ਦੇ ਚੜ੍ਹਨ ਦੇ ਨਾਲ ਪਰ ਇਧਰ ਮੇਰੇ ਸ਼ਾਨ ਸ਼ਾਹ ਪੇ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਛਰਨ ਲੈਣ ਦੇ ਨਾਲ ਕਲਮਨ ਜਿਨਨੇ ਪਾਪਾਂ ਦੀ ਪੰਕਤੀ ਹੈ ਕੰਦਲ ਸਮੂਹ ਜਿਤਨੇ ਪਾਪ ਹਨ ਦੁਰਾਇਦਨ ਇਹ ਸਾਰਾ ਹੀ ਦਲ ਪਾਪਾਂ ਦਾ ਜਿਹੜਾ ਨਾ ਇਹ ਸਾਰੇ ਹੀ ਛੱਪ ਜਾਂਦੇ ਹਨ ਦੂਰ ਹੋ ਜਾਂਦੇ ਗੁਰਸਿੱਖਾਂ ਦੇ ਹਿਰਦਿਆਂ ਵਿੱਚੋਂ ਪਲ ਪਲ ਗਿਆਨ ਸੁ ਪ੍ਰਕਾਸ਼ ਭਵਕੀਨ ਹੈ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਕਰਦਾ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨ ਜੜੇ ਨੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਹਰ ਪਲ ਪਲ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ ਹਨ ਆਵ ਸੰਸਾਰ ਦੇ ਵਿੱਚ ਬੇਮੁਖ ਕਮੁਦ ਦੁਖ ਸਨਮੁਖ ਕੰਜ ਸੁਖ ਤੋ ਕਵੀ ਜੀ ਦੱਸਦੇ ਨੇ ਜਿਸ ਤਰ੍ਹਾਂ ਜਿਸ ਵੇਲੇ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਇੱਕ ਹੀ ਸਰੋਵਰ ਵਿੱਚ ਇੱਕੋ ਜਿਹਾ ਇੱਕ ਕਮੀਆਂ ਨੇ ਤੇ ਇੱਕ ਕਬਲ ਨੇ ਪ੍ਰਾਣੇ ਛੱਪੜ ਕਈ ਕਿ ਜਗ੍ਹਾ ਤੇ ਉਹਨਾਂ ਵਿੱਚ ਹੁੰਦੇ ਆ ਇਸ ਪ੍ਰਕਾਰ ਤੋ ਹਰੀ ਕੇ ਪੱਤਣ ਤੇ ਉਹ ਦਰਿਆ ਦੇ ਉੱਤੇ ਲਾਗੇ ਲਾਗੇ ਦੇਖੇ ਸੀ ਉੱਥੇ ਸੀ ਜਿੱਥੇ ਪਾਣੀ ਖੜਾ ਕਿਨਾਰਿਆਂ ਤੇ ਉੱਥੇ ਦੇਖੇ ਸ। ਸੋ ਜਿਹੜੇ ਕਬਲ ਦੇ ਇਹ ਲਾਲ ਰੰਗ ਦੇ ਕਮੀਆਂ ਚਿੱਟੇ ਰੰਗ ਦੀਆਂ ਆਮ ਹੁੰਦੀਆਂ ਨੇ। ਜਦੋਂ ਸੂਰਜ ਚੜ੍ਹਦਾ ਹੈ ਜਿਹੜੇ ਲਾਲ ਫੁੱਲ ਕਮਲ ਦੇ ਆ ਉਹ ਖਿੜ ਜਾਂਦੇ ਆ। ਤੇ ਜਿਹੜੀਆਂ ਕਮੀਆਂ ਨੇ ਉਹ ਚੰਦਰਮਾ ਨੂੰ ਦੇਖ ਕੇ ਖਿੜਦੀਆਂ ਸੂਰਜ ਨੂੰ ਦੇਖ ਕਰਕੇ ਉਹ ਮੁਰਝਾ ਜਾਂਦੀਆਂ ਨੇ ਬੰਦ ਹੋ ਕੇ ਕਰਕੇ ਧੌਣਾ ਟੇਡੀਆਂ ਕਰ ਲੈਂਦੀਆਂ ਨੇ। ਇਹ ਕੁਦਰਤ ਦਾ ਇੱਕ ਨਿਜਮ ਬਣਿਆ ਹੋਇਆ। ਉਹਦੀ ਬਨਾਸਪਤੀ ਦੇ ਵਿੱਚ। ਤੋ ਇਸ ਪ੍ਰਕਾਰ ਤੋ ਕਹਿੰਦੇ ਜਿਸ ਤਰ੍ਹਾਂ ਸੂਰਜ ਚੜਦਾ ਹੈ ਤੇ ਜਿਹੜੀਆਂ ਕਮੀਆਂ ਨੇ ਉਹ ਮਿਲ ਜਾਂਦੀਆਂ ਹਨ ਕਮਲ ਜਿਹੜੇ ਨੇ ਖਿੜ ਜਾਂਦੇ ਨੇ ਸਹਿਬ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਛਣ ਲੈ ਕੇ ਦਰਸ਼ਨ ਕਰਕੇ ਜਿਹੜੇ ਬੇਮੁਖ ਤੇ ਮਨਮੁਖ ਲੋਕ ਕਮੀਆਂ ਦੀ ਨਹੀਂ ਆਈ ਨੇ ਉਹ ਦੁਖੀ ਹੋ ਜਾਂਦੇ ਨੇ ਉਹ ਮੂੰਹ ਬੰਦ ਹੋ ਜਾਂਦੇ ਦੁਰਜਾਂਦੇ ਛਪ ਜਾਂਦੇ ਹਨ ਤੇ ਜਿਹੜੇ ਸਨਮੁਖ ਨੇ ਕਮਲਾਂ ਦੀ ਨਿਯਾਈ ਗੁਰਮੁਖ ਲੋਕ ਭਗਤੀ ਵਾਲੇ ਉਹ ਖਿੜ ਜਾਂਦੇ ਨੇ ਗੁਰੂ ਦਾ ਦਰਸ਼ਨ ਕਰਕੇ ਸੂਰਜ ਵਰਗਾ ਦਰਸ਼ਨ ਗੁਰੂ ਦਾ ਹੈ ਗਤ ਸੁ ਭਗਤ ਨਿਤ ਜਾਨੀਏ ਅਧੀਨ ਹੈ ਤੋਂ ਕਹਿੰਦੇ ਇਸ ਪ੍ਰਕਾਰ ਸੋ ਗਤ ਜਿਹੜੀ ਅਵਸਥਾ ਹੈ ਸੋ ਭਗਤ ਨਿਤ ਸੋ ਕਹਿੰਦੇ ਜਿਸ ਤਰ੍ਹਾਂ ਸੂਰਜ ਜਿਹੜਾ ਹੈ ਇਹ ਤਾਂ ਯਾਨੀ ਚਾਨਣ ਦੇਂਦਾ ਹੈ ਤੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸੋ ਕਹਿੰਦੇ ਨੇ ਭਗਤੀ ਦੇਂਦੇ ਨੇ ਤੇ ਮੁਕਤੀ ਕਰਦੇ ਹਨ ਜੀਵਾਂ ਦੀ ਕਲਿਆਣ ਕਰਦੇ ਹਨ ਗੁਰੂ ਦੇ ਚਰਨ ਜਿਹੜੇ ਹਨ ਇਸ ਪ੍ਰਕਾਰ ਤੋਂ ਪ੍ਰਕਾਸ਼ ਭਾਵ ਹਨ ਸੋ ਸੰਸਾਰ ਵਿੱਚ ਇਹ ਮਹਾਰਾਜ ਦਾ ਪ੍ਰਕਾਸ਼ ਹੈ ਚਰਨਾਂ ਦਾ ਅਮਰ ਦਰਸ ਭਾਨ ਲਖਣ ਸਮਾਨ ਸਭ ਧੰਨ ਸਹਿਬ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਸੂਰਜ ਵਰਗਾ ਹੈ ਸਾਰੀਆਂ ਲਖਣ ਨਿਸ਼ਾਨੀਆਂ ਜਿਹੜੀਆਂ ਬਰਾਬਰ ਹਨ ਇੱਕ ਗੁਣ ਅਧਿਕ ਹੈ ਤਪਤ ਬਹੀਨ ਹੈ ਕਹਿੰਦੇ ਇੱਕ ਗੁਣ ਮੇਰੇ ਗੁਰੂ ਦੇ ਚਰਨਾਂ 'ਚ ਜ਼ਿਆਦਾ ਤੀਜੇ ਪਾਤਸ਼ਾਹ ਉਹ ਕੀ ਹੈ ਕਿ ਸੂਰਜ ਦੇ ਵਿੱਚ ਧੁੱਪ ਦਾ ਸੇਕ ਹੈ ਤੇ ਮੇਰੇ ਸਤਿਗੁਰੂ ਜੀ ਦੇ ਕੋਲ ਸੇਕ ਨਹੀਂ ਧੁੱਪ ਨਹੀਂ ਹੈ ਤਪਤ ਨਹੀਂ ਹੈ ਸ਼ਾਂਤੀ ਹੈ ਦੁਹਰਾ RAMDAS SUKH RAS PRAB SEVAK TRAS BIDAR ਤਨ ਸਹਿਬਗੁਰੂ RAMDAS ਮੇਰੇ ਛੋਡੀ ਸੁਲਤਾਨ ਸਤਗੁਰਾਂ ਦੀ ਸਿਫਤ ਕਰਦੇ ਨੇ ਕਿ RAMDAS SUKH RAS PRAB ਪਰਮੇਸ਼ਵਰ ਦਾ ਰੂਪ ਮੇਰੇ ਸਤਗੁਰੂ RAMDAS ਸੁਖ ਰਾਸ ਸੁਖਾਂ ਦਾ ਖਜ਼ਾਨਾ ਹਨ ਸੋ ਇਸ ਪ੍ਰਕਾਰ ਸੇਵਕ ਜਿਹੜੇ ਹਨ ਤਰਾਸ ਬਿਦਾਰ ਜਿਹੜੇ ਗੁਰੂ ਦਾ ਆਸਰਾ ਲੈਂਦੇ ਨੇ ਉਹਨਾਂ ਸੇਵਕਾਂ ਦਾ ਤਰਾਸ ਡਰ ਮਹਾਰਾਜ ਦੂਰ ਹਰ ਤਰ੍ਹਾਂ ਦਾ ਦੂਰ ਕਰ ਦਿੰਦੇ ਹਨ। ਪਗ ਪਰਮਉਰ ਪਰਨਾਮ ਹੈ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸੁੰਦਰ ਚਰਣਾ ਤੇ ਮੇਰੀ ਨਮਸਕਾਰ ਹੈ। ਪਰਨਾ ਸਰਨ ਵਿਚਾਰ ਤੋ ਕਹਿੰਦੇ ਮੈਂ ਵਿਚਾਰ ਕੇ ਮੈਂ ਸਤਗੁਰੂ ਪਾਤਸ਼ਾਹ ਦੀ ਸ਼ਰਨ ਦਾ ਆਸਰਾ ਲਿਆ। ਗੁਰੂ ਪਾਤਸ਼ਾਹੀ ਦਾ ਆਸਰਾ ਤੱਕਿਆ ਹੈ ਸ਼ਰਨ ਵਿੱਚ ਹਾਂ ਸਤਿਗੁਰੂ ਨੂੰ ਨਮਸਕਾਰ ਕਰਦਾ ਹਾਂ ਕਿ ਮੇਰੀ ਕਿਰਪਾ ਮੇਰੇ ਤੇ ਕਿਰਪਾ ਕਰਕੇ ਆਪਣਾ ਜਸ ਕਰਾਓ ਕਬਿਤ ਪੁਖ ਕਰ ਭਰੇ ਪੁਖ ਕਰ ਜਿਉ ਪੀਖ ਕਰ ਕਹਿੰਦੇ ਦੇਖੋ ਕਵੀ ਜੀ ਦੀ ਕਮਾਲ ਦੀ ਰਚਨਾ ਹੈ ਇਹ ਇੱਕ ਪੁਖ ਕਰ ਅੱਖਰ ਹੈ ਅਰਥ ਵੱਖਰੇ ਵੱਖਰੇ ਨੇ ਜਿਵੇਂ ਜਿਵੇਂ ਕਵਤਾ ਦੀ ਲਵੰਤਾ ਹੈ ਕਹਿੰਦੇ ਨੇ ਭਾਈ ਸੋ ਪੁਖ ਕਰ ਭਰੇ ਪੁਖ ਕਰ ਇੱਕ ਅਰਥ ਇੱਥੇ ਹੈ ਪੁਖਕਰ ਨਾਮ ਸਰੋਵਰ ਦਾ ਜਿੱਦਾਂ ਪਾਣੀ ਦਾ ਭਰਿਆ ਹੋਇਆ ਸਰੋਵਰ ਹੁੰਦਾ ਹੈ ਪੁਖਕਰ ਭਰੇ ਪੁਖਕਰ ਜਾਇਓ ਤੇ ਕਹਿੰਦੇ ਨੇ ਪੁਖਕਰ ਜਿਹੜਾ ਉਹਦੇ ਵਿੱਚ ਕਮਲ ਪੈਦਾ ਹੁੰਦਾ ਹੈ ਪਾਣੀ ਦਾ ਭਰਿਆ ਸਰੋਵਰ ਹੋਵੇ ਉਹਦੇ ਵਿੱਚ ਜਿਹੜਾ ਹੈ ਸੋ ਕਮਲ ਜਿਹੜਾ ਇਸ ਪ੍ਰਕਾਰ ਪੈਦਾ ਹੁੰਦਾ ਹੈ ਪੁਖਕਰ ਭਰੇ ਪੁਖਕਰ ਸੋ ਇਸ ਪ੍ਰਕਾਰ ਜਾਇਓ ਤੋਂ ਅੱਗੇ ਤੋਂ ਪੇਖ ਕਰ ਸਸੀਕਰ ਕਰੇ ਦੋ ਤਹਾਨ ਹੈ ਤੋ ਕਹਿੰਦੇ ਜਿਸ ਵੇਲੇ ਇਸ ਪੁੰਕਾਰ ਸੋ ਸੁੰਦਰ ਸਰੋਵਰ ਦੇ ਵਿੱਚ ਸੋ ਕਮਲ ਹੁੰਦਾ ਪੈਦਾ ਪਰ ਕਹਿੰਦੇ ਜਿਸ ਵੇਲੇ ਚੰਦਰਮਾ ਦਾ ਦਰਸ਼ਨ ਹੁੰਦਾ ਤੇ ਉਹਦੀ ਸੋਭਾ ਜਿਹੜੀ ਆ ਖਤਮ ਹੋ ਜਾਂਦੀ ਭਾਵ ਉਹ ਖਿਣਿਆ ਹੋਇਆ ਬੰਦ ਹੋ ਜਾਂਦਾ ਉਹਦੀ ਸਾਰੀ ਸੋਭਾ ਜਾਂਦੀ ਲੱਗਦੀ ਹੈ ਭੁਖ ਕਰਹੀਨ ਦਿਨ ਕਰ ਕਰੇ ਸ਼ੀਨ ਤੋ ਦੇਖੋ ਸੋ ਭੁਖ ਕਰਹੀਨ ਦਿਨ ਕਰ ਕਰੇ ਸ਼ੀਨ ਤਿਸ ਕਹਿੰਦੇ ਜਿਸ ਵੇਲੇ ਸਰੋਵਰ ਦੇ ਵਿੱਚੋਂ ਪਾਣੀ ਮੁੱਕ ਜਾਏ ਸਰੋਵਰ ਜਿਹੜਾ ਹੈ ਉਹਦਾ ਪਾਣੀ ਸੁੱਕ ਜਾਏ ਹੁਣ ਉਸੇ ਸਰੋਵਰ ਵਿੱਚ ਸੂਰਜ ਨੂੰ ਦੇਖ ਕੇ ਸੂਰਜ ਦੀ ਗਰਮੀ ਦੇ ਨਾਲ ਜਿਹੜਾ ਹੈ ਪੈਦਾ ਹੁੰਦਾ ਕਮਲ ਪਾਣੀ ਦੇ ਵਿੱਚ ਤੇ ਜਦੋਂ ਪਾਣੀ ਸੁੱਕ ਜਾਏ ਤਾਂ ਉਸ ਵੇਲੇ ਉਹੀ ਸੂਰਜ ਜਿਹੜਾ ਨਾ ਉਸੇ ਨੂੰ ਸਾੜ ਦਿੰਦਾ ਆਪਣੀ ਤਪਸ਼ ਦੇ ਨਾਲ ਉਹਦਾ ਨਾਸ ਕਰ ਦਿੰਦਾ ਹੈ ਇਸ ਤਰੀਕੇ ਦੇ ਨਾਲ ਸੋ ਜੇ ਕਹਿੰਦੇ ਪੁਖ ਕਰਹੀਨ ਦਨ ਕਰ ਕਰ ਸ਼ੀਨ ਤਿਸ ਉਸੇ ਨੂੰ ਉਹੀ ਸੂਰ ਜਿਹੜਾ ਹੈ ਸੋ ਦਨ ਸ਼ੀਨ ਨਾਸ ਕਰ ਦਿੰਦਾ ਹੈ ਖਰ ਧਾਰੀ ਦੇਹ ਪਰ ਜਾਂ ਤਿਸੋ ਮਲੀਨ ਹੈ ਤੇ ਫਿਰ ਇਹਦੀ ਦੇਹ ਜਿਹੜੀ ਨਾਲੀ ਹੁੰਦੀ ਕਮਲ ਦੀ ਪਾਣੀ ਦੇ ਵਿੱਚ ਹੁੰਦੀ ਹੈ ਉਹਦੇ ਉੱਤੇ ਇਸ ਪ੍ਰਕਾਰ ਸੋ ਮੈਲ ਮਿੱਟੀ ਜਾਲਾ ਅਧਿਕ ਜੰਮਿਆ ਹੁੰਦਾ ਉਹਦੀ ਜਿਹੜੀ ਨਾਲੀ ਹੈ ਦੇਹ ਹੈ ਉਹ ਮਲੀਨ ਮੈਲੀ ਹੁੰਦੀ ਐ ਸੁਖਮਾ ਨਿਹਾਰਪੁਰ ਦਹਤ ਅਪਾਰ ਆਨ ਸੋ ਸੁਖਮਾ ਉਹਦੀ ਸੋਭਾ ਨੂੰ ਦੇਖ ਕਰਕੇ ਖੁਸ਼ਮੂਹ ਨੂੰ ਦੇਖ ਕਰਕੇ ਸੋ ਜਿਹੜੇ ਭੌੜੇ ਨੇ ਉਹ ਆਣ ਕਰਕੇ ਸੋ ਉਹਦੇ ਉੱਤੇ ਜਦੋਂ ਬੈਠਦੇ ਨੇ ਤੇ ਇਸ ਪ੍ਰਕਾਰ बार-बार ਉਹਦਾ ਰਸ ਚੂਸਦੇ ਉਹਦੇ ਵਿੱਚੋਂ ਤੇ ਉਹਦੀ ਸੋਭਾ ਨੂੰ ਨਾਸ ਕਰਦੇ ਹਨ ਜਰਤ ਤੁਖਾਰ ਇਤ ਔਗਨ ਅਧੀਨ ਹੈ ਤੇ ਜਦੋਂ ਹੀ ਸੋ ਬਰਫ਼ ਪੈਂਦੀ ਹੈ ਠੰਡ ਪੈਂਦੀ ਹੈ ਤੇ ਉਹ ਠੰਡ ਦੇ ਨਾਲ ਵੀ ਸੜ ਜਾਂਦਾ ਹੈ ਪਾਣੀ ਤੋਂ ਬਿਨਾ ਹੋਵੇ ਤਾਂ ਸੂਰਜ ਸੜਦਾ ਧੁੱਪ ਦੇ ਨਾਲ ਪਾਣੀ ਵੀ ਹੋਵੇ ਤੇ ਜਦੋਂ ਠੰਡ ਪੈਂਦੀ ਆ ਬਰਫ਼ ਪੈਂਦੀ ਆ ਤੇ ਉਸ ਵੇਲੇ ਕਹਿੰਦੇ ਨੇ ਉਹ ਹੀ ਉਸ ਨੂੰ ਸਾੜ ਦਿੰਦੀ ਹੈ ਇਹਨੇ ਔਗਣ ਹਨ ਇਸ ਸੋ ਕਮਲ ਦੇ ਵਿੱਚ ਸਤ ਗੁਰੂ RAMਦਾਸ ਚਰਨ ਮੁਕਤ ਦੇਤ ਧੰਨ ਸਹਿਬ ਗੁਰੂ RAMਦਾਸ ਮਾਦੇ ਪਵਿੱਤਰ ਚਰਨ ਭਾਈ ਮੁਕਤੀ ਦਿੰਦੇ ਨੇ ਸ਼ਰਧਾਲੂਆਂ ਗੁਰਸਿੱਖਾਂ ਨੂੰ ਉਪਮਾ ਕਮਲ ਕੀ ਨ ਬਨੇ ਬਿਦਹੀਨ ਹੈ ਕਵੀ ਜੀ ਕਹਿੰਦੇ ਨੇ ਚਿਤ ਕਰਦਾ ਮੈਂ ਉਪਮਾ ਦਵਾਂ ਕਮਲ ਵਰਗੇ ਚੰਨ ਪਰ ਕਹਿੰਦੇ ਨੇ ਨਹੀਂ ਸੋ ਕਿਉਂਕਿ ਇਹਦੇ ਵਿੱਚ ਔਗਣ ਨੇ ਮੇਰੇ ਸਤਿਗੁਰੂ ਪਾਸ਼ਾ ਦੇ ਬਰਾਬਰ ਨਹੀਂ ਹੋ ਸਕਦੇ ਇਸ ਵਾਸਤੇ ਮੇਰੇ ਸਤਿਗੁਰੂ ਦੇ ਚਰਨ ਜਿਹੜੇ ਨੇ ਭਾਈ ਉਹੀ ਸੋਭਨੀਕ ਹਨ ਦੋਹਰਾ ਸ੍ਰੀ ਅਰਜਨ ਸਰੋਤਾ ਅਰਜ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਮਹਿਮਾ ਹੈ ਮੇਰੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਜਿਹੜੇ ਗੁਰੂ ਸਾਹਿਬ ਦਾ ਜਸ ਸੁਣਨ ਵਾਲੇ ਸਰੋਤੇ ਨੇ ਉਹਨਾਂ ਦੀਆਂ ਅਰਜ਼ਾਂ ਬੇਨਤੀਆਂ ਨੂੰ ਸੁਣਦੇ ਹਨ ਸਿਰਜਨ ਆਰਜਤਾਏ ਫਿਰ ਮੇਰੇ ਸਤਿਗੁਰੂ ਆਰਜਤਾਏ ਸੁੰਦਰਤਾ ਨੂੰ ਸਿਰਜਦੇ ਹਨ ਬਖਸ਼ਿਸ਼ਾਂ ਕਰਨ ਵਾਲੇ ਹਨ ਲਰਜਤ ਜਮ ਜਿਨ ਨਾਮ ਤੇ ਧੰਨ ਮੇਰੇ ਸ਼ੈਨਸ਼ਾ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਮ ਸੁਣ ਕਰਕੇ ਹੀ ਤੋ ਨਾਮ ਸੁਣੇ ਸੁਤ ਭਾਨ ਡਰਿਓ ਤੋ ਕਹਿੰਦੇ ਸੂਰਜ ਦਾ ਪੁੱਤਰ ਜਿਹੜਾ ਧਰਮ ਰਾਜ ਆ ਉਹ ਕੰਬਣ ਲੱਗ ਜਾਂਦਾ ਹੈ ਬੰਦੋ ਤਿੰਨ ਜੁਗ ਪਾਈ ਹੁਨਾ ਸਤਗੁਰੂ ਅਰਜਨ ਦੇ ਸਭ ਦੇ ਦੋਨਾਂ ਦੇ ਦੋਨਾਂ ਚਰਨਾਂ ਦੇ ਉੱਪਰ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨ ਕਬਿਤ ਲੋਚਨ ਬਲੁਕਤ ਨ ਚਾਹੇ ਚਿਤ ਆਨਦੁਤ ਕਹਿੰਦੇ ਨੇ ਕਵੀ ਜੀ ਜਦੋਂ ਨੇਤਰਾਂ ਦੇ ਨਾਲ ਧੰਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲਵੇ ਨਾ ਸਿੱਖ ਕਹਿੰਦੇ ਹੋਰ ਭਾਵੇਂ ਕਿੱਡੀ ਤੋਂ ਵੱਡੀ ਸੋਭਾ ਵਾਲੀ ਕੋਈ ਚੀਜ਼ ਹੋਵੇ ਦੁਨੀਆ ਵਿੱਚ ਉਹਨੂੰ ਫਿਰ ਦੇਖਣ ਨੂੰ ਚਿਤ ਨਹੀਂ ਕਰਦਾ ਸਿੱਖ ਦਾ ਵਿਸੇ ਕੇ ਵਿਸਾਲ ਆਸ ਪਾਸਨ ਨਾ ਜਾਵਈ ਕਿਉਂਕਿ ਸਹਿਬ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਜਿਹਨੇ ਦਰਸ਼ਨ ਕਰ ਲਿਆ ਜਿਵੇਂ ਹਿਰਦੇ ਵਿੱਚ ਗੁਰੂ ਸਾਹਿਬ ਦੇ ਚਰਨ ਵਾਸ ਗਏ ਕਹਿੰਦੇ ਨੇ ਉਸ ਦੇ ਵਿਸ਼ੇ ਵਿਕਾਰ ਮਾੜੇ ਜਿਹੜੇ ਔਗਣ ਨੇ ਇਹ ਨੇੜੇ ਵੀ ਨਹੀਂ ਟੁੱਕਦੇ ਹਨ ਉਸ ਦੇ ਕਾਨ ਆਨ ਗਾਨ ਤਾਨ ਸੁਨੇ ਨਾ ਈਾਨ ਜਿਵ ਕਹਿੰਦੇ ਕਿੱਡਾ ਸੁੰਦਰ ਕੋ ਰਾਗੀ ਰਾਗ ਗਾਵੇ ਕਿੱਡੇ ਅਨਾਪ ਤੇ ਸੁੰਦਰ ਤਾਨ ਲਾਵੇ ਪਰ ਛੋਟੇ ਬੱਚੇ ਨੂੰ ਕੀ ਆ ਬੱਚੇ ਨੂੰ ਤਾਂ ਉਸ ਨਾਲ ਕੋਈ ਸਰੂਕਾਰ ਨਹੀਂ ਹੈ ਬੱਚੇ ਨੇ ਤੇ ਆਪਣੀ ਖੇਡ ਚ ਮਸਤ ਹੋਣਾ ਜਿਸ ਤਰ੍ਹਾਂ ਬੱਚਾ ਇਸ ਤਰ੍ਹਾਂ ਦੇ ਨਾਲ ਹੋਰ ਕੋਈ ਗਾਣ ਤਾਨ ਕੁਛ ਨਹੀਂ ਸੁਣਦਾ ਹੈ ਜਿੱਦਾਂ ਵਿਸਰਾ અપਾਨ ਤਨ ਮਾਨਸੋ ਨ ਆਵਈ ਜਿਸ ਨੇ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਮਨ ਜੋੜ ਲਿਆ ਉਹ ਦੁਨੀਆਂ ਦਾ ਹੋਰ ਕੋਈ ਰਾਗ ਰੰਗ ਨਹੀਂ ਫਿਰ ਸੁਣਦਾ ਹੈ ਉਸ ਨੂੰ ਆਪਣਾ ਆਪ ਭੁੱਲ ਜਾਂਦਾ ਹੈ ਇਸ ਪ੍ਰਕਾਰ ਮਿਸਰੇ ਆਪਾਨ ਉਹ ਕਹਿੰਦੇ ਆਪਣਾ ਆਪ ਉਸ ਨੂੰ ਤਨ ਮਾਨ ਸੋਨਾਪਾ ਉਹਨੂੰ ਕਹਿੰਦੇ ਫਿਰ ਨਾ ਸਰੀਰ ਦਾ ਮਾਲ ਰਹਿਂਦਾ ਉਹ ਆਪਣਾ ਆਪ ਹੀ ਭੁੱਲ ਜਾਂਦਾ ਮਸਤ ਹੋ ਜਾਂਦਾ ਹੈ ਭਈ ਉਨ ਮਤ ਗਤ ਆਨੰਦ ਉਰਦਦਵਤ ਕਹਿੰਦੇ ਉਸ ਦੀ ਮਸਤ ਗਤੀ ਬਣ ਜਾਂਦੀ ਹੈ ਤੋ ਐਸਾ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਦਰਸ਼ਨਾਂ ਦਾ ਉਸਤੇ ਅਸਰ ਪੈਂਦਾ ਹੈ ਉਹਨ ਮਤ ਮਸਤ ਹੋ ਜਾਂਦਾ ਗੁਰੂ ਦੇ ਚਰਨਾਂ ਤੇ ਜਿਵੇਂ ਪੌਰਾ ਜਿਹੜਾ ਫੁੱਲ ਤੇ ਮਸਤ ਹੁੰਦਾ ਹੈ ਓਹਨ ਮਤ ਸੋ ਕਹਿੰਦੇ ਐਸੀ ਅਵਸਥਾ ਬਣੀ ਅਨੰਦ ਉਦਦਵਾਰ ਤੇ ਕਹਿੰਦੇ ਹਿਰਦੇ ਵਿੱਚ ਅਨੰਦ ਦਾ ਸਮੁੰਦਰ ਉੱਛਲ ਪੈਂਦਾ ਉਸਦੇ ਚਿਤ ਮੈ ਬਿਯੋਗ ਤਿਸ ਕਬ ਹੂ ਨ ਭਾਵਈ ਫਿਰ ਗੁਰੂ ਸਾਹਿਬ ਦੇ ਚਰਨਾਂ ਤੋਂ ਵਿਛੋੜਾ ਕਦੇ ਚੰਗਾ ਹੀ ਨਹੀਂ ਲੱਗਦਾ ਉਸ ਨੂੰ ਉਹ ਹਮੇਸ਼ਾ ਹੀ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਜਾਨ ਅਰਜਨ ਪਦ ਪਦਮਕੁ ਦੇਖ ਕਰ ਤਨ ਮੇਰੇ ਸਤਗੁਰੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਕਮਲਾਂ ਦਾ ਦਰਸ਼ਨ ਕਰਕੇ ਸਿੱਖ ਸਿੱਖ ਮਨ ਭੋਰ ਭਇਓ ਭ੍ਰਮਤ ਲੁਭਾਵਈ ਸਿੱਖ ਦਾ ਮਨ ਭੌਰਾ ਬਣ ਜਾਂਦਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੇ ਉੱਤੇ ਘੁੰਮਦਾ ਹੋਇਆ ਸਦਾ ਵਾਸਤੇ ਭਗਤੀ ਦੀ ਖੁਸ਼ੂ ਮਾਣਦਾ ਹੋਇਆ ਗੁਰੂ ਦਾ ਜਸ ਕਰਦਾ ਤੇ ਆਨੰਦ ਮਾਣਦਾ ਹੈ ਦੋਹਰਾ ਸ੍ਰੀ ਗੁਰੂ ਹਰਗੋਬਿੰਦ ਗੋਬਿੰਦ ਬਰ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੇਸ਼ਟ ਜੋ ਸਤਗੁਰੂ ਜੀ ਹਨ ਸਨ ਸਨਦ ਬੱਧ ਕਰ ਤਿਆਨ ਅਬੀ ਜੀ ਕਹਿੰਦੇ ਨੇ ਮਨਾ ਮੇਰੇ ਸਤਗੁਰੂ ਹਰਗੋਬਿੰਦ ਪਾਸ਼ ਸਨਦ ਬੱਧ ਜਦੋਂ ਸ਼ਾਸਤਰਾਂ ਨੂੰ ਕਮਰ ਕੱਸਿਆ ਲਾ ਕੇ ਕੱਸ ਕੇ ਤਿਆਰ ਹੋ ਜਾਂਦੇ ਨੇ ਸ਼ਾਸਤਰ ਅਸਤਰ ਸੋ ਸਜਾ ਕਰਕੇ ਸਨਦ ਬੱਧ ਤਿਆਰ ਹੁੰਦੇ ਹਨ ਸਾਹਿਬ ਹਰਗੁਮਿੰਦ ਸਾਹਿਬ ਮਹਰਦਾ ਧਿਆਨ ਕਰਦਾ ਹਾਂ ਮੈਂ ਕਹ ਵੀ ਜੀ ਆਖਦੇ ਹਨ ਬੰਦ ਦਉ ਕਰ ਬੰਦਨਾ ਤੇ ਦੋਵੇਂ ਹੱਥ ਜੋੜ ਕੇ ਸਾਹਿਬ ਗੁਰੂ ਹਰਗੁਮਿੰਦ ਪਾਸ਼ਾ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ ਸੁੰਦਰ ਦੁੱਤ ਮਦਨਾਨ ਤੋਂ ਮੇਰੇ ਸਤਿਗੁਰੂ ਜੀ ਦੇ ਚਰਨਾਂ ਦੀ ਐਸੀ ਮਨ ਦੇ ਸਰੂਪ ਦੀ ਐਸੀ ਸੁੰਦਰਤਾ ਹੈ ਕਹਿੰਦੇ ਕਾਮਦੇਵ ਆਪਣੇ ਵਿੱਚ ਸੁੰਦਰਤਾ ਰੱਖਦਾ ਹੈ ਬਹੁਤ ਸੁੰਦਰ ਹੈ ਪਰ ਕਹਿੰਦੇ ਮੇਰੇ ਸਤਿਗੁਰੂ ਜੀ ਵਰਗੀ ਸੋਭਾ ਨਹੀਂ ਹੈ ਕਿਉਂਕਿ ਕਾਮੁ ਦੇਵ ਦੇ ਸਿਰਫ ਸਰੂਪ ਦੀ ਸੁੰਦਰਤਾ ਹੈ ਪਰ ਮੇਰੇ ਹਰਗੁਮਿੰਦ ਪਾਤਸ਼ਾਹ ਜੀ ਦੀ ਜਿਹੜੀ ਹੈ ਅਧਿਆਤਮਕ ਆਤਮਕ ਸੁੰਦਰਤਾ ਮਨ ਵੀ ਸੁੰਦਰ ਹੈ ਤਨ ਵੀ ਸੁੰਦਰ ਹੈ ਐਸੇ ਮੇਰੇ ਸ਼ਾਨਛਪਤਾ ਤੁਨ ਸਾਹਿਬ ਸਤਿਗੁਰੂ ਹਰਗੁਮਿੰਦ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਸੁੰਦਰ ਜੋ ਸਰੂਪ ਹੈ ਸਾਥ ਸੰਗਤ ਜੀ ਕਵੀ ਜੀ ਐਸੇ ਸੁੰਦਰ ਸਰੂਪ ਦਾ ਧਿਆਨ ਧਾਰਨ ਕਰ ਰਹੇ ਨੇ ਗੁਰੂ ਸਾਹਿਬ ਦਾ ਮੰਗਲਾਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਣ ਲੱਗੇ ਦਸਾਂ ਗੁਰੂਆਂ ਦਾ ਇਤਿਹਾਸ ਲਿਖਣ ਲੱਗੇ ਹਨ ਸਤਗੁਰਾਂ ਦੇ ਚਰਨਾਂ ਨੂੰ ਮਨਾਉਂਦੇ ਨੇ ਬਾਰ-ਬਾਰ ਨਮਸਕਾਰਾਂ ਕਰਦੇ ਸੋਭਾ ਕਰਦੇ ਹਨ ਤੇ ਨਾਲ ਦੇ ਨਾਲ ਅਰਜਾਂ ਕਰਦੇ ਹਨ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਹਿਰਦੇ 'ਚ ਬਸੋ ਸਿਰ ਤੇ ਹੱਥ ਰੱਖੋ ਆਪਣਾ ਜਸ ਆਪ ਕਰਾਓ ਤਾਂ ਕਿ ਤੁਹਾਡੇ ਚਰਨਾਂ ਨਾਲ ਜੁੜ ਕੇ ਜਸ ਕਰਕੇ ਜੀਵਨ ਸਫਲਾ ਹੋਵੇ ਐਸੇ ਮੇਰੇ ਸਤਗੁਰਾਂ ਦਾ ਜਸ ਸਾਡੇ ਹਿਰਦੇ 'ਚ ਵਸੇ ਜਿਸ ਦੇ ਧਾਰਣੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਖਾਪਾ ਆਪੇ ਮੇਲੇ ਦੇ ਬਰਤੰਦੇ ਪਾਤਰ ਬਣੀਏ ਭੁੱਲਾ ਚੁੱਕਾ ਦੀ ਖਿਮਾ ਬਖਸ਼ਣੀ ਦੇਹੋ ਸੱਜਰ ਅਸੀਸਣੀਆਂ ਜੋ ਹੋਵੇ ਸਭ ਸਮੇਲ ਦੀ ਦਾਤ ਪ੍ਰਾਪਤ ਹੋਵੇ ਦੋਹਰਾ ਸ੍ਰੀ ਗੁਰੂ ਹਰਿ ਗੋਬਿੰਦ ਬਰ ਸਨਦ ਬਦ ਧਾਰ ਧਿਆਨ ਬੰਦ ਦੂ ਕਰ ਬੰਦਨਾ ਸੁੰਦਰ ਦੁਤ ਮਦਨਾਨ ਵਾਹਿਗੁਰੂ ਜੀ ਕਾ ਖਾਲਸਾ